ਬਿਲਕੁਲ ਬਿਲਕੁਲ ਹਸਪਤਾਲ ਆ ਜਾਓ। 357 ਨੰਬਰ ਚ ਪੇਜ ਹੈ, ਚੈਪਟਰ ਨੰਬਰ ਹੈਗਾ 8, ਚੈਪਟਰ ਨੰਬਰ 8 357 ਨੰਬਰ ਜੀ। ਅਸੀਂ ਹੈਗੇ ਹਾਂ ਚੈਪਟਰ ਨੰਬਰ 8 ਤੇ 357 ਨੰਬਰ ਪੇਜ ਤੇ। ਇਹ ਹੈਗਾ ਹਸਪਤਾਲ, ਹਸਪਤਾਲ ਹੁੰਦਾ ਹੋਸਪਿਟਲ। ਕੱਲ੍ਹ ਅਸੀਂ ਪੜ੍ਹੇ ਸੀ ਪਰੰਤੂ ਸਕੋਰਸੋ, ਠੀਕ ਹੈ। ਹਸਪਤਾਲ ਇਹਦਾ ਵੀ ਇੰਟਰੈਂਸ ਹੈ ਜਾਂ ਉਹਦੀ ਡਾਇਰੈਕਸ਼ਨ ਹੈ। ਕਹਿੰਦੇ ਨੇ ਬੇ ਇਸਨਿਆਲ ਜਿਹੜਾ ਵੇ, ਇੱਕ ਨੰਬਰ ਕੁਐਸਚਨ, ਇਸਨਿਆਲ ਰਫੀਕ ਰਾਮ ਸਿੰਘ ਨੇ ਜਿਹੜਾ ਦੱਸਦੇ ਨੇ ਬੇ ਇੰਡੀਕਾ, ਇੰਡੀਕੇਟ ਕਰਦੇ ਨੇ, ਇਸ਼ਾਰਾ ਦਿੰਦੇ ਨੇ, ਲਾ ਇੰਗਰੈਸੋ ਦੀ ਉਹਨਾਂ ਹਸਪਤਾਲ ਹੈ। ਇੰਗਰੈਸੋ ਕਹਿੰਦੇ ਇੰਟਰੈਂਸ ਹੈ ਇੱਕ ਹਸਪਤਾਲ ਦਾ, ਠੀਕ ਹੈ। ਇਹ ਬੇਰੋ ਆ ਗਿਆ ਦਰੁਸਤ, ਕਹਿੰਦੇ ਪਏ ਕਿ ਇਹ ਇੱਕ ਇੰਟਰੈਂਸ ਜਾਂ ਡਾਇਰੈਕਸ਼ਨ ਉਸਦੀ ਹਸਪਤਾਲ ਦੀ, ਠੀਕ ਹੈ। ਦੋ ਨੰਬਰ ਕੁਐਸਚਨ ਨੇ ਸਿਗਨਲ ਸਿਗਰਾਤ ਸਿਗਨਲ ਜਿਹੜਾ ਦੱਸਦੇ ਨੇ ਪਏ, ਦੋ ਨੰਬਰ ਕੁਐਸਚਨ ਹੈ ਸਿਗਨਲ ਦੱਸਣੇ ਸਿਗਨਲ ਸਿਗਰਾਤ। ਹਾਂਜੀ ਵੀਰ ਜੀ, ਦੋ ਨੰਬਰ ਕੁਐਸਚਨ 357 ਨੰਬਰ ਪੇਜ ਹੈ। ਸਿਗਨਲ ਜਿਹੜਾ ਦੱਸਣੇ ਪਏ ਸੀ ਇੰਡੀਕਾ, ਇੰਡੀਕੇਟ ਕਰਦੇ ਨੇ, ਲਾ ਵਿਚਿਨੈਂਜ਼ਾ ਨੇੜੇ ਡਿਊਨਾ ਹਸਪਤਾਲ ਹੈ, ਇੱਕ ਹਸਪਤਾਲ ਹੈ ਨੇੜੇ, ਠੀਕ ਹੈ। ਇਨਵੀਟਾ ਇਨਵਾਈਟ ਕਰਦੇ ਨੇ, ਨੋਨ ਫਾਰ ਰਿਮੋਰੀ ਮੋਲੈਸ ਦੀ, ਰਿਮੋਰੀ ਮੋਲੈਸ ਸ਼ੋਰ ਸ਼ਰਾਬਾ ਨਾ ਕਰੋ, ਹੈ ਵੀ ਨੇਲਾ ਸੂਏ ਵਿੱਚ ਨੈਂਦਾ ਉਹਦੇ ਨੇੜੇ, ਯਾਨੀ ਕਿ ਉਹਦੇ ਨੇੜੇ ਤੁਸੀਂ ਕੀ ਨਹੀਂ ਕਰਨਾ, ਸ਼ੋਰ ਸ਼ਰਾਬਾ ਨਹੀਂ ਕਰਨਾ ਹੈ ਵੀ, ਠੀਕ ਹੈ। ਅੱਛੇ ਬੱਚੇ ਬਣ ਕੇ ਰਹਿਣਾ। ਤਿੰਨ ਨੰਬਰ ਕੁਐਸਚਨ ਇਸ ਨੈਂਦ ਫਿਗਰਾ ਤੋਂ ਸਿਗਨੇਚਰ ਦੱਸਣ ਪਏ ਇੰਡੀਕਾ ਜੀ ਜੀ ਭਾਬੀ ਜੀ, ਅੱਗੇ ਅੱਜ ਤਿੰਨ ਨੰਬਰ ਕੁਐਸਚਨ ਤੇ ਬਾਕੀ ਲੱਗ ਗਏ ਬਾਬੂ ਜੀ। ਓਕੇ ਕੋਈ ਗੱਲ ਨਹੀਂ, ਖੈਰ ਹੈ, ਉਹਨਾਂ ਛੁੱਟੀ ਕਰਨੀ ਹੋਣੀ ਹੈ ਤੇ ਚਲੋ ਬਾਕੀ ਲੱਗ ਗਿਆ ਨਾ, ਸ਼ਾਬਾਸ਼। ਤੇ ਤਿੰਨ ਨੰਬਰ ਕੁਐਸਚਨ ਹੈ ਇਹ 357 ਨੰਬਰ ਪੇਜ ਹੈ ਭਾਬੀ ਜੀ, ਤੇ 8 ਨੰਬਰ ਚੈਪਟਰ ਹੈ। ਕਹਿੰਦੇ ਸਿਨੈਰੀਓ ਸਿਗਰਾ ਤੋਂ ਇੰਡੀਕਾ ਸਿਗਨੇਚਰ ਦੱਸਦੇ ਮੈਂ ਇੰਡੀਕੇਟ ਕਰਦਾ, ਇਸ਼ਾਰਾ ਦਿੰਦਾ ਲਾ ਡਿਰੈਕਸ਼ਨ ਡਾਇਰੈਕਸ਼ਨ ਜਿਹੜੀ ਹੈ ਪਰ ਇੰਤਰਾਰ ਨੇਲਾ ਹਸਪਤਾਲ ਹੈ, ਡਾਇਰੈਕਸ਼ਨ ਜਿਹੜੀ ਹੈ ਇੰਟਰ ਹੋਣ ਲਈ ਹੋਸਪਿਟਲ ਵਿੱਚ। ਦੇਖੋ ਇਹ ਵੀ ਦਰੁਸਤ ਕਹਿੰਦੇ ਵੇਰ ਹੋਇਆ, ਇੱਕ ਡਾਇਰੈਕਸ਼ਨ ਹੈ ਇੰਟਰ ਹੋਣ ਲਈ ਹੋਸਪਿਟਲ ਵਿੱਚ, ਠੀਕ ਹੈ। ਚਾਰ ਨੰਬਰ ਕੁਐਸਚਨ ਸਿਨੈਰੀਓ ਸਿਗਰਾ ਤੋਂ ਪੋਸਟ ਤੋਂ ਸਿਗਨੇਚਰ ਦੱਸਦੇ ਮੈਂ ਲੱਗਿਆ ਹੋਵੇਗਾ ਇਨ ਕੁਰਸਪੰਦੈਂਜ਼ਾ ਦਿਉਨਾ ਹਸਪਤਾਲ ਹੈ, ਕੁਰਸਪੰਦੈਂਜ਼ਾ ਜਿੱਥੇ ਮੌਜੂਦ ਹੈ ਇੱਕ ਹਸਪਤਾਲ ਹੈ, ਹਸਪਿਟਲ ਵੇਰ ਹੋਇਆ ਇਹ ਵੀ ਦਰੁਸਤ ਕਹਿੰਦੇ ਪਏ ਕਿ ਜਿੱਥੇ ਹਸਪਿਟਲ ਮੌਜੂਦ ਹੈ ਉੱਥੇ ਲੱਗਿਆ ਹੋ ਸਕਦਾ, ਠੀਕ ਹੈ। ਇਸ ਸਿਨੈਰੀਓ ਸਿਗਰਾ ਤੋਂ 5 ਨੰਬਰ ਕੁਐਸਚਨ ਇੰਡੀਕਾ ਇੰਡੀਕੇਟ ਕਰਦੇ ਨੇ, ਇਸ਼ਾਰਾ ਦਿੰਦੇ ਨੇ ਲਾ ਵਿਚਿਨੈਂਜ਼ਾ ਦਿਉਨਾ ਹੋਟੇਲ, ਵੀ ਨੇੜੇ ਇੱਕ ਹੋਟਲ ਹੈ। ਦੇਖੋ ਇਹ ਵੀ ਗਲਤ ਕਹਿੰਦੇ ਨੇ ਪਏ ਅਲੀ ਬਾਈ, ਆ ਜਾਓ 5 ਨੰਬਰ ਕੁਐਸਚਨ ਹੈ ਤੇ 357 ਨੰਬਰ ਪੇਜ ਹੈ। ਥੋੜ੍ਹੀ ਦੇਰ ਪਹਿਲੇ ਕਾਲ ਕਰਿਆ ਕਰੋ, 5 ਮਿੰਟ, ਠੀਕ ਹੈ ਅਲੀ ਬਾਈ। 357 ਨੰਬਰ ਪੇਜ 5 ਨੰਬਰ ਕੁਐਸਚਨ ਕਹਿੰਦੇ ਸੀ ਨੇ ਸਿਗਰਾ ਸਿਗਨੇਚਰ ਜਿਹੜੇ ਦੱਸਣ ਪਏ ਇੰਡੀਕਾ ਇੰਡੀਕੇਟ ਕਰਦਾ ਹੈ, ਲਵੀ ਕਿੰਨੇ ਤੋਂ ਦਿਨ ਉੱਥੇ ਅਲਵੀ ਨੇੜੇ ਇੱਕ ਹੋਟਲ ਹੈ, ਗਲਤ ਕਹਿੰਦੇ ਪਏ, ਫਾਲਸ ਹੋਇਆ, ਇਹ ਹਸਪਤਾਲ ਹੈ, ਹਸਪਤਾਲ ਇਹਨੂੰ ਕਹਿੰਦੇ ਨੇ ਨੇੜੇ, ਹੋਟਲ ਨਹੀਂ ਹੈ ਵੀ, ਠੀਕ ਹੈ। ਫਿਰ ਗਲਤ ਕਹਿੰਦੇ ਪਏ ਕਹਿੰਦੇ ਸਿਨੈ ਸਿਗਰਾ ਤੋਂ 6 ਨੰਬਰ ਕੁਐਸਚਨ ਹੈ ਇੰਡੀਕਾ ਇੰਡੀਕੇਟ ਕਰਦੇ ਨੇ ਵਿੱਚ ਇਹਨਾਂ ਦਾ ਦਿਉਣਾ ਸਤਸ਼ੀਓ ਨੇ ਫੈਰੀਵੀਅਰ ਆ, ਸਤਸ਼ੀਓ ਨੇ ਫੈਰੀਵੀਅਰ ਹੀ ਹੁੰਦਾ, ਇੱਕ ਟ੍ਰੇਨ ਦਾ ਸਟੇਸ਼ਨ ਹੈ, ਕੌਣ ਵੈਗੋਨੀ ਲੈਤੋ, ਕਹਿੰਦੇ ਸਤਸ਼ੀਓ ਨੇ ਫੈਰੀਵੀਅਰ ਟ੍ਰੇਨ ਦਾ ਸਟੇਸ਼ਨ ਹੈ ਜਿੱਥੇ ਕਿ ਲੈਤੋ ਵਗੈਰਾ ਯਾਨੀ ਕਿ ਲੇਟ ਕੇ ਸੌਂ ਕੇ ਜਾਣ ਦਾ ਇੰਤਜ਼ਾਮ, ਜਿੱਥੇ ਬੋਗੀਆਂ ਜਿਹੜੀਆਂ ਨੇ ਉਹ ਲੇਟ ਕੇ ਜਾਣ ਵਾਲੇ ਇੰਤਜ਼ਾਮ ਵਾਲੀਆਂ ਨੇ, ਠੀਕ ਹੈ। ਇਹ ਗਲਤ ਕਹਿੰਦੇ ਟ੍ਰੇਨ ਦਾ ਸਟੇਸ਼ਨ ਹੈ ਨਹੀਂ, ਇਹ ਤਾਂ ਹਸਪਤਾਲ ਹੈ, ਠੀਕ ਹੈ, ਇਸ ਕਰਕੇ ਫਾਲਸ ਹੋਇਆ। 7 ਨੰਬਰ ਕੁਐਸਚਨ ਸਿਨੈਰੀਓ ਸਿਗਰਾ ਤੋਂ ਇੰਡੀਕਾ ਇੰਡੀਕੇ ਕਰਦੇ ਨੇ ਉਹਨਾਂ ਪਰ ਕਿਹਾ ਜੋ ਇੱਕ ਪਾਰਕਿੰਗ ਜਾਂ ਰਿਜ਼ਰਵਾਤ ਹੋਈ ਮੈਡੀਚੀ ਵਿਦ ਮੈਡੀਕਲ ਦੇ ਲਈ ਇੱਕ ਪਾਰਕਿੰਗ ਰਿਜ਼ਰਵ ਹੈ। ਗਲਤ ਕਹਿੰਦੇ ਪਏ, ਜਿਵੇਂ ਇੱਕ ਹੁੰਦੀ ਹੈ ਨਾ ਉਹ ਪੀਲੀ ਪਾਰਕਿੰਗ ਅੰਗਹੀਣ ਲਈ, ਇਹਦੇ ਕਹਿੰਦੇ ਪਏ ਮੈਡੀਕਲ ਦੇ ਲਈ ਇੱਕ ਪਾਰਕਿੰਗ ਰਿਜ਼ਰਵ ਹੈ, ਫਾਲਸ ਹੋ ਗਿਆ, ਠੀਕ ਹੈ। ਹੈਲੋ
जी वासलाम जी भाई, कौन बोल रहे हैं? हेलो जी, कौन बोल रहे हैं? उस्मान भाई, ब्रावो, शाबाश, जमा याद कर रही थे तो बल दूजे बल ट्राई कर दे, नहीं लगी तो आ जाओ, 354 नंबर भेज दे। 8 नंबर क्वेश्चन सुन रहे थे, रात उन्दी का इंडिकेट कर देने, उना दुर्मी तोरियो पब्लिको, एक दुर्मी तोरो एक सौन की थां पब्लिक ले ली, गलत कहने पे जिम्मे इमरान खान ने बनाए ना, ओके केड़े ना शेल्टर होम, केड़े बना की ना उन्होंने शेल्टर होम बनाया ना, भी एक सौन वाली थां है पब्लिक दली, गलत कहने पे इदा की कोई चीज नहीं है, फालसो या ठीक है। अगे 353 नंबर, 54, 354 नंबर पेज है, एक नंबर क्वेश्चन है, फ्यूमे आरनो, फ्यूमे होंगे दरिया या नहर कर लो, आरनो जड़ा के इदा नाम है, ठीक है, नंबर पेज वीर जी, ते 8 नंबर चैप्टर कहने, हाँ जी, तीन एक इन सिनेल इस रेफिग्रा तो सीत्रोवा सिग्नेचर समय मिलेगा, इन विचिना था दिना पोंते के एत्रवर्सा इल फ्यूमे आरनो, एक पोंते एक पोल दे ने लबेगा, पोल पोंते नु कहंदे ने कावलकाविया विदोतो पोल नु कहंदे ने, ठीक है, एक पोल दे ने लबेगा जिहदे ने लबे के अतरवर सारे इल फ्योमे दी आरनो, जिसे तुसी पार कर सकते हो फ्योमे दी आरनो, ठीक है, बिंदे भाजी नु कॉल कर दे जी, कितना आया मैसेज दा, ओके फिर ठीक है, पता नहीं, ओके अगे आज दोनों पर क्वेश्चन सिग्नल सिग्नल तो सिग्नल जैसे दस्ते ने पे इंडी का इंडिकेट करता इशारा देंदे है, दल फ्यू में इन विच इन एंडा एक एक दरिया वे नेड़े है, दल पुंते है जरा पोल है के अतरवर्स के लो अतरवर्स हो या को तुसी पार करना, ठीक है, वैदर मैंने कर लिया, एक मिनट पिंडा भाई जी, मिनट है ना, तैसी लगी रहने दो, मिनट मिनट है ना, तो पांच मिनट, 10 मिनट सिर्फ, ठीक है, ते तीन नंबर क्वेश्चन है, 354 नंबर पेज है भी जी, ठीक है, कहने ने इल सिनियाले रेफिग्राल सिग्नल जस्तन पे फा पार्टे दल सियानी दी इंडिकेशन है, कहने इंडिकेशन दे सिग्नल दा एक पार्ट होंदा है वेरो या क्योंकि सी इंडिकेशन दे सिग्नल ही पढ़ रहे हैं सारे, चार नंबर क्वेश्चन सिनियाले रेफिग्राल तो पोस्ट तो सिग्नल जरा दसवें लग गया होगा, दोवे इन काजो दी प्योजिया जिथे इनके जे बारिश हो वे लस्तरा दा शिपो आले गा रहे होंदा भी इथे हाड़ आ सकदा है, देखो है हाड़ आने की कोई गल नहीं कर रहा है, हाड़ आने का जो साइन बोर्ड होंगे दूसरा होंगे पिनेलो इंतक्राती बोलती है, इस करके अलगार गलत कहने पे फाल्स होया, पांच नंबर सिनेरा सिगरा तो इंडी का इंडी के करते ने इल पेरिकुलो दी मरीजियात है, पेरिकुलो खतरा है मरीजियात समुद्री तूफान का, यह भी फाल्स हो गया, गलत कहने पे यह मरीजियात समुद्री तूफान का कोई खतरा नहीं है भी, ठीक है, इस करके गलत कहने पे, छे नंबर सिनेरा सिगरा तो इंडी का सिग्नेचर दस में इंडिकेट करता इशारा दिता है, ल पोसिबिलिता दी अफितुआर है सेकी नौती का, कहते ने इत कहने पॉसिबल है कि इतने जी किश्ती वगैरह सेकी नौती का कर सकते हो, गलत कहने पे इतने कोई किश्तियां वगैरह चलाने की थार नहीं दस रहे है भी, ये तो दस रहे कि एक पुल है जरा पार करना, इस करके फालस होया, सात नंबर सिनेरा फिगरा तो इंडी का इंडी कहते उन्हें अस्त्रादा कौन कोरवे इन सुचेशियों ने कोरवे कहते ने मोड़ है ने इधर है इन सुचेशियों ने अगे जिले रोड के उत्ते कहते ने मोड़ है ने ये मोड़ ना दिन दस रहा, इस करके भी फालस होया, हूँ फोटो अगला पता कर रहे टूरिस्ट पॉइंट लिए फोटो है इनफॉरमेशन है जी, 30 नंबर, 2nd वाला क्वेश्चन, सैकंड वाला 354 नंबर क्वेश्चन जरा सैकंड वाला असं रिपीट करा, दूसरा क्वेश्चन कहने इंडिका इसने फिगरा तो इंडिका इंडिके कहने नो में दल फ्यूमे इन इस जरा दरिया का नाम दस रहे ने इन विचिना का जरा नेड़े है दल पुंते पुल के नेड़े जरा दरिया वह नाम दस रहे ने केलो अतरवर से जरा तुम पार करना है फ्यूमे दर नो एफ पुल का नाम ही है, ठीक है, इस करके ये दुरुस्त कहने पे, ठीक है भाभी जी,
ਬਰਾਵਾ ਸ਼ਾਬਾਸ਼, ਅੱਗੇ ਆ ਜਾਓ 355। ਤਿੰਨ ਸੌ 55 ਨੰਬਰ ਹੈ। 150 ਮੀਟਰ ਅੱਗੇ ਕਹਿੰਦੇ ਨੇ ਪੇ ਗਾਰਾ ਹੁੰਦਾ ਰੇਸ, ਗਲਾਜਿਆ ਨੇ ਰੇਸ ਲਗਾਉਣੀ, ਗਾਰਾ ਰੇਸ, ਠੀਕ ਹੈ। ਬਰਾਵੋ ਸ਼ਾਬਾਸ਼। ਇੱਕ ਨੰਬਰ ਕੁਐਸਚਨ, ਇਹ ਸੋਰੀ ਪਹਿਲਾਂ ਤੁਹਾਨੂੰ ਕਿਹਾ ਸੀ ਫੋਟੋ ਵੱਡਾ ਕਰੋ, ਫੋਟੋ ਵੱਡਾ ਕਰੋਗੇ ਇੱਥੇ ਲਿਖਿਆ ਹੋਇਆ ਆਈ 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 ਫੋਰ ਹੁੰਦਾ ਇਨਫੋਰਮੇਸ਼ਨ, ਠੀਕ ਹੈ। ਇਨਫੋਰਮੇਸ਼ਨ ਹੈਗੀ ਹੈ 150 ਮੀਟਰ ਅੱਗੇ, ਕਾਹਦੇ ਬਾਰੇ ਇਨਫੋਰਮੇਸ਼ਨ ਹੈ, ਟੂਰਿਸਟਾਂ ਲਈ ਹੈ, ਉਹ ਦੱਸਣਗੇ ਤੁਹਾਨੂੰ ਹੋਟਲ ਵਗੈਰਾ, ਹੋਟਲ ਜਾਂ ਮੋਟਲ ਕਿੱਥੇ ਲੱਭਣਗੇ, ਠੀਕ ਹੈ। ਯਾਨੀ ਕਿ 150 ਮੀਟਰ ਤੁਹਾਡੇ ਅੱਗੇ ਇੰਨੀ ਹੋਟਲ ਨਹੀਂ ਮਿਲਣਗੇ, ਨਾ ਹੀ ਇਹ ਦੱਸ ਰਹੇ ਨੇ ਕੁਆਂਟਿਟੀ ਮਾਤਰਾ ਮਿਕਦਾਰ ਵੀ ਇੰਨੇ ਹੋਟਲ ਲੱਗੇ ਆ, 150 ਹੋਟਲ ਹੈਗੇ, ਇਹ ਵੀ ਨਹੀਂ ਦੱਸ ਰਹੇ। ਇਹ ਸਿਰਫ ਦੱਸ ਰਹੇ ਨੇ ਕਿ 150 ਮੀਟਰ ਅੱਗੇ ਆਈ ਫੋਰ ਇਨਫੋਰਮੇਸ਼ਨ ਹੈ ਹੋਟਲ ਜਾਂ ਮੋਟਲ ਦੀ, ਹੋਟਲ ਮੋਟਲ ਕਿੱਥੇ ਨੇ ਉਹ ਅੱਗੇ ਪਤਾ ਲੱਗੇਗਾ ਜਾ ਕੇ। ਕਹਿੰਦੇ ਨੇ ਵੀ ਪਹਿਲਾ ਕੁਐਸਚਨ ਇਸ ਨਾਲ ਸਿਗਰਾਹ ਤੋਂ ਉੱਪਰ 20 ਆਸਟਿਕ ਨੇ ਜਿਵੇਂ ਨੋਟਿਸ ਦਿੰਦਾ ਹੈ, ਉਹਨਾਂ ਓਫੀਚੀਓ ਦੀ ਇਨਫੋਰਮੇਸ਼ਨ ਹੈ, ਇੱਕ ਆਫਿਸ ਇਨਫੋਰਮੇਸ਼ਨ ਦਾ ਟੂਰਿਸਟੀ ਕੇ ਅਲਬੈਰਗੀ, ਟੂਰਿਸਟਾਂ ਲਈ ਅਲਬੈਰਗੀ ਹੋਟਲ ਵਗੈਰਾ ਲਈ ਹੋਟਲਾਂ ਦੀ ਇਨਫੋਰਮੇਸ਼ਨ ਹੈ। ਕਹਿੰਦੇ ਨੇ ਦੋ ਨੰਬਰ ਕੁਐਸਚਨ ਸੀ ਨਾ ਸਿਗਰਾਹ ਤੋਂ ਹਿੰਦੀ ਕੰਡੀ ਕੇ ਕਹਿੰਦੇ ਨੇ ਲਾ ਪੋਸੀਬਿਲਿਟੀ ਪੋਸੀਬਲ ਹੈ ਦੀ ਅਵੇਰ ਇਨਫੋਰਮੇਸ਼ਨ ਸੀ ਅਲਬੈਰਗੀ ਈ ਮੋਟੇਲ। ਕਹਿੰਦੇ ਇਨਫੋਰਮੇਸ਼ਨ ਹੋਵੇਗੀ ਇੱਥੇ ਪੋਸੀਬਲ ਹੈ ਅਲਬੈਰਗੀ ਹੋਟਲਾਂ ਦੀ ਜਾਂ ਮੋਟਲ ਦੀ, ਠੀਕ ਹੈ, ਔਰ ਮੋਟਲ ਦੀ ਦਰੁਸਤ ਕਹਿੰਦੇ ਵੇਰ ਹੋਇਆ ਵੀ ਅਲਬੈਰਗੀ ਹੋਟਲ ਹੁੰਦੇ ਨੇ ਤੇ ਹੋਟਲ ਨੂੰ ਅਲਬੈਰਗੀ ਕਹਿੰਦੇ ਨੇ। ਤਿੰਨ ਨੰਬਰ ਕੁਐਸਚਨ ਹੈ ਇਸ ਨੇ ਫਿਗਰਾ ਤੋਂ ਇੰਡੀ ਗਾਂਡੀ ਕੇ ਕਹਿੰਦੇ ਨੇ ਉਹਨਾਂ ਪੋਸਟ ਤੋਂ ਦੋਵੇ ਸੀ ਪੋਸਟੋ ਨੋ ਰਿਕੇਦਰ ਇਨਫੋਰਮੇਸ਼ਨ ਸੁਲੇ ਅਲਬੈਰਗੀ। ਇੱਕ ਪੋਸਟੋ ਹੈ ਜਿੱਥੇ ਪੋਸਟੋ ਰਿਕੇਦਰ ਇਨਫੋਰਮੇਸ਼ਨ ਹੈ ਜਿੱਥੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਅਲਬੈਰਗੀ ਹੋਟਲਾਂ ਦੀ, ਵੇਰ ਹੋਇਆ ਦਰੁਸਤ ਕਹਿੰਦੇ ਨੇ ਹੋਟਲਾਂ ਦੀ ਇਨਫੋਰਮੇਸ਼ਨ ਮਿਲੇਗੀ ਇੱਥੇ ਇਸ ਥਾਂ ਤੇ। ਚਾਰ ਨੰਬਰ ਸੀ ਨੇ ਫਿਗਰਾ ਤੋਂ ਇੰਡੀ ਗਾਂਡੀ ਕੇ ਕਹਿੰਦੇ ਨੇ ਇਲ ਨੂਮਰੋ ਦੀ ਅਲਬੈਰਗੀ ਕੇਸੀ ਤ੍ਰੋਵਾਨੋ ਨੇੜੇ ਵਿਚਿਨੇ ਦਾ, ਨੂੰਬਰ ਦੀ ਅਲਬੈਰਗੀ ਵੀ ਇੰਨੇ ਅਲਬੈਰਗੀ ਇੰਨੇ ਹੋਟਲ ਮਿਲਣਗੇ ਤੁਹਾਨੂੰ ਵਿਚਿਨੇ ਦਾ ਨੇੜੇ, ਗਲਤ ਕਹਿੰਦੇ ਵੀ ਇੰਨੇ ਹੋਟਲ ਨਹੀਂ ਮਿਲਣਗੇ ਐਵੀ ਨੇੜੇ, ਠੀਕ ਹੈ। ਇੱਕ ਵਾਂਤੀ ਤਾਂ ਮਾਤਰਾ ਮਿਕਦਾਰ ਨਹੀਂ ਦੱਸ ਰਿਹਾ ਇਸ ਤਰ੍ਹਾਂ ਦੇ ਫਾਲਸੋ। ਪੰਜ ਨੰਬਰ ਸਿਨੇ ਫਿਗਰਾ ਤੋਂ ਇੰਡੀ ਗਾਂਡੀ ਕੇ ਕਹਿੰਦੇ ਚੰਤ ਚੁਕਾਨ ਦਾ ਮੈਤਰੀ ਇਨਗ੍ਰੇਸ ਦੀ ਉਹਨਾਂ ਹਸਪਤਾਲ ਹੈ। ਕਹਿੰਦੇ 150 ਮੀਟਰ ਅੱਗੇ ਇੱਕ ਇੰਟਰਸ ਹੈ ਇੱਕ ਹੋਸਪਿਟਲ ਦੀ, ਦੇਖੋ ਇਹ ਵੀ ਗਲਤ ਕਹਿੰਦੇ ਪਏ, ਇਹ ਕੋਈ ਇੰਟਰਸ ਨਹੀਂ ਦੱਸ ਰਿਹਾ ਵੀ ਹੋਸਪਿਟਲ ਦੀ, ਠੀਕ ਹੈ, ਇਸ ਕਰਕੇ ਇਹ ਫਾਲਸ ਹੋਇਆ। ਛੇ ਨੰਬਰ ਸੀ ਨਾ ਫਿਗਰਾ ਤੋਂ ਇੰਡੀ ਗਾਂਡੀ ਕੇ ਕਹਿੰਦੇ ਨੇ ਇੰਡੀਗਾ ਓਫੀਚੋ ਅਚੇਤਾਸ਼ਿਓਨ ਦਾ ਹਸਪਤਾਲ ਹੈ। ਕਹਿੰਦੇ ਓਫੀਚੋ ਆਫਿਸ ਹੈ ਅਚੇਤਾਸ਼ਿਓਨ ਦਾ ਹਸਪਤਾਲ ਹੈ। ਦੇਖੋ ਇਹ ਵੀ ਗੱਲ ਕਰਨੇ ਪਏ, ਕੋਈ ਆਫਿਸ ਨਹੀਂ ਹੈ ਵੀ ਅਚੇਤਾਸ਼ਿਓਨ ਦਾ ਜਿੱਥੇ ਤੁਸੀਂ ਉਸਦੀਤਾ ਵਗੈਰਾ ਪ੍ਰਗਟਾਉਣ ਤੋਂ ਪਹਿਲੇ ਅਚੇਤਾਸ਼ਿਓਨ ਲਈ ਜਾਂਦੇ ਹੋ ਨਾ, ਇਹ ਕੋਈ ਆਫਿਸ ਨਹੀਂ ਹੈ ਹੋਸਪਿਟਲ ਦਾ ਇਹ, ਕਿਉਂਕਿ ਇਹ ਹੋਟਲਾਂ ਦੀ ਇਨਫੋਰਮੇਸ਼ਨ ਦੇ ਰਹੇ ਨੇ, ਹੋਟਲ ਹੀ ਨਹੀਂ ਹੈ। ਸੱਤ ਨੰਬਰ ਕੁਐਸਚਨ ਸਿਗਰਾਹ ਤੋਂ ਸਿਗਨੇਚਰ ਦੱਸੇ ਵੀ ਇੰਡੀ ਕਾਂਡੀ ਕਿੱਦਾਂ ਇਸ਼ਾਰਾ ਦਿੰਦੇ ਨੇ ਕਿ ਚੰਤ ਚੁਕਾਨ ਦਾ ਮੈਂ 350 ਮੀਟਰ ਗਿਆ ਵੀ ਈ ਉਹਨਾਂ ਅਲਬੈਰਗੋ ਸਾਡੇ ਕੋਲ ਇੱਕ ਹੋਟਲ ਹੈ ਇੱਥੇ ਕੁਨ ਪਰਸੋਨਾਲ ਇੰਟਰਪੇਰੇਂਟ ਪਰ ਇਲ ਕਲੈਂਟ ਸੰਤਾਰੀ। ਕਹਿੰਦੇ ਜਿੱਥੇ ਪਰਸਨਲੀ ਖਿਦਮਾਤ ਕਰਦੇ ਨੇ ਕਲੈਂਟ ਦੀ ਜਿਹੜੇ ਹੋਟਲ ਵਾਲੇ ਨੇ, ਦੇਖੋ ਇਹ ਹੋਟਲ ਹੈ ਹੀ ਨਹੀਂ, ਪਹਿਲੇ ਜਹਿਨ ਵਿੱਚ ਗੱਲ ਬਿਠਾ ਲਓ ਕਿ 150 ਮੀਟਰ ਅੱਗੇ ਹੋਟਲ ਨਹੀਂ ਹੈ ਵੀ ਇਨਫੋਰਮੇਸ਼ਨ ਹੈ, ਅੱਗੂ ਉਹ ਦੱਸਣਗੇ ਵੀ 2 ਕਿਲੋਮੀਟਰ ਅੱਗੇ ਹੋਟਲ ਹੈ ਜਾਂ ਕਿੱਥੇ ਹੋਟਲ ਨੇ, ਠੀਕ ਹੈ। ਅੱਗੇ ਆ ਜਾਓ, ਅੱਗੇ ਅੱਗੇ ਸਿਗਨਲ ਵੀ ਕੰਪੇਜੀਓ, ਕੈਂਪਿੰਗ ਲਈ ਸਿਗਨਲ ਹੈ ਵੀ ਕੈਂਪ ਵਗੈਰਾ ਲਗਾਉਣ ਲਈ ਸਿਗਨਲ ਹੈ, ਜੇ ਤੁਸੀਂ ਕੈਂਪ ਵਗੈਰਾ ਲਗਾਉਣਾ ਚਾਹੁੰਦੇ ਹੋ ਜਾਂ ਪਿਕਨਿਕ ਮਨਾਉਣਾ ਚਾਹੁੰਦੇ ਹੋ ਜਿੱਥੇ ਪਿਕਨਿਕ ਮਨਾਉਣ ਵਾਲੀ ਥਾਂ ਹੋਇਆ ਵੇ, ਇਸ ਤਰ੍ਹਾਂ ਕਹਿ ਸਕਦੇ ਹਾਂ, ਟੂਰਿਸਟ ਪੁਆਇੰਟ ਹੈ, ਠੀਕ ਹੈ। ਇਹ ਨੋਰਮਲੀ ਜੰਗਲਾਂ ਵਗੈਰਾ 'ਚ ਹੁੰਦੇ ਨੇ। ਕਹਿੰਦੇ ਨੇ ਇਸ ਨੇ ਫਿਗਰਾ ਤੋਂ ਔਰ ਇੱਥੇ ਜਿਹੜੇ ਨਾ ਆਤੋ ਕਾਰਵਾਨ ਜਾਂ ਕੈਂਪਰ ਵਗੈਰਾ ਉਹ ਖੜ ਸਕਦੇ ਨੇ ਜਿਹੜੇ ਆਥੋਰਾਈਜ਼ ਨੇ, ਠੀਕ ਹੈ। ਇਸ ਨੇ ਫਿਗਰਾ ਤੋਂ ਸਿਗਨੇਚਰ ਦੱਸਣ ਵੀ ਇੰਡੀ ਗਾਡੀ ਕਰਦੇ ਨੇ ਲਾ ਵਿਚਿਨੇ ਦਾ ਨੇੜੇ ਵੀ ਉਹਨਾਂ ਏਰੀਆ ਦੀ ਏਰੀਆ ਪਰ
ਕੰਪੇਜੀਓ ਇੱਕ ਨੇੜਾ ਇੱਕ ਏਰੀਆ ਕੈਂਪਿੰਗ ਲਈ ਹੈ, ਕੈਂਪ ਵਗੈਰਾ ਲਗਾਉਣ ਲਈ, ਠੀਕ ਹੈ। ਦਰੁਸਤ ਉਹ ਕਹਿੰਦੇ ਨੇ ਵੀ ਵੇਰੋ ਆ ਮਾਰੂਨ ਹੈ ਤੇ ਜਾਰੀ ਕਰ ਟੂਰਿਸਟਾਂ ਲਈ ਹੈ, ਠੀਕ ਹੈ, ਬਰਾਊਨ ਹੈ ਤੇ ਦੋਨੋਂ ਕੋ ਕੁਐਸਚਨ ਸੀ ਨਾ ਫਿਕਰਾ ਤੁਸੀਂ ਕਿੰਨੇ ਜੇ ਦੱਸਣ ਵੀ ਇੰਡੀ ਕੰਡੀ ਕਿੱਕ ਦਨੇ ਉਹਨਾਂ ਏਰੀਆ ਦਾ ਕੰਪੇਜੀਓ ਇੱਕ ਏਰੀਆ ਕੈਂਪਿੰਗ ਲਈ ਹੈ ਕੌਣ ਤਿੰਨ ਦੇ ਆ ਸੋਸਤਾ ਪਰ ਕਾਰਵਾਨ ਐਦ ਆਤੋ ਕਾਰਵਾਨ ਜਿੱਥੇ ਤੁਸੀਂ ਸੋਸਤਾ ਕਰ ਸਕਦੇ ਹੋ ਕਾਰਵਾਨ ਔਰ ਆਤੋ ਕਾਰਵਾਨ ਲਈ। ਦੇਖੋ ਇਹ ਵੀ ਦਰੁਸਤ ਕਹਿੰਦੇ ਨੇ ਵੇਰ ਹੋਇਆ ਜਿੱਥੇ ਤੁਹਾਨੂੰ ਸੋਸਤਾ ਕਰਨ ਦੀ ਥਾਂ ਵੀ ਆਵੇ ਕਾਰਵਾਨ ਆਤੋ ਕਾਰਵਾਨ ਲਈ। ਤਿੰਨ ਕੋ ਕੁਐਸਚਨ ਸੀ ਨਾ ਫਿਕਰਾ ਤੋਂ ਇੰਡੀਕਾ ਸਿਗਨੇ ਜੇ ਦੱਸਣ ਵੀ ਇੰਡੀ ਕਿੱਕ ਦੇ ਉਹਨਾਂ ਜ਼ੋਨਾਂ ਦੇ ਸਿਨਾ ਦਾ ਅਲਾ ਸੋਸਤਾ ਇੱਕ ਜ਼ੋਨਾ ਰਿਜ਼ਰਵ ਹੈ ਸੋਸਤਾ ਕਰਨ ਲਈ ਦੀ ਆਤੋ ਕਾਰਵਾਨ ਲਈ ਐਦ ਆਤੋ ਕਾਰ ਦੀ ਕਾਰਵਾਨ ਐਦ ਆਤੋ ਕਾਰਵਾਨ ਕਾਰਵਰ ਹੁੰਦਾ ਹੈ ਜਿਹੜਾ ਕਾਰਬਨ ਲੋਥਸ ਜਿਹਨੂੰ ਕਹਿੰਦੇ ਹਾਂ ਅਸੀਂ ਜਿਹੜਾ ਰਿਮੋਰਕਿਊ ਟਾਈਪ ਦਾ ਹੁੰਦਾ ਉਹ ਰਿਹਾਇਸ਼ਲੀ ਯੂਜ਼ ਹੁੰਦਾ ਲੇਕਿਨ ਕਿਸੇ ਵੀ ਕਾਰ ਦੇ ਪਿੱਛੇ ਬੰਨ ਕੇ ਟਰਾਲੀ ਦੇ ਤੌਰ 'ਤੇ ਲੈ ਜਾਓ, ਗੱਡੀ ਦੇ ਪਿੱਛੇ ਬੰਨ ਕੇ ਟਰਾਲੀ ਦੇ ਤੌਰ 'ਤੇ ਲੈ ਜਾਓ। ਆਤੋ ਕਾਰਵਾਨ ਜਿਹੜਾ ਹੁੰਦਾ ਉਹ ਗੱਡੀ ਦੇ ਨਾਲ ਹੁੰਦਾ, ਠੀਕ ਹੈ। ਕਹਿੰਦੇ ਸੋਸਤਾ ਕਰਨ ਦੀ ਥਾਂ ਹੈ ਜਿਹੜਾ ਜ਼ੋਨਾ ਰਿਜ਼ਰਵ ਹੈ ਇਹਨਾਂ ਲਈ ਸੋਸਤਾ ਕਰਨ ਦੀ ਕਾਰਵਾਨ ਆਤੋ ਕਾਰਵਾਨ ਲਈ ਐਦ ਇਲ ਕੰਪੇਜੀਓ ਐਦ ਇਲ ਕੰਪੇਜੀਓ ਔਰ ਕੈਂਪਿੰਗ ਕਰਨ ਲਈ ਕੈਂਪ ਵਗੈਰਾ ਲਗਾਉਣ ਲਈ। ਇਹ ਵੀ ਦਰੁਸਤ ਕਿਹਾ ਹੋ ਗਿਆ ਵੀਰੋ ਕਹਿੰਦੇ ਨੇ ਬੇ ਚਾਰ ਨੰਬਰ ਕੁਐਸਚਨ ਸੀ ਨਾ ਫਿਕਰਾ ਤੋਂ ਇੰਡੀਕਾ ਸਿਗਨੇ ਜਿਸ ਮੈਂ ਇੰਡੀਕੇਟ ਕਰਦਾ ਹੈ ਈ ਕੌਨਸੈਂਟੀ ਤੋਂ ਇਜਾਜ਼ਤ ਹੈ ਕੰਪੇਜੀਓ ਕੈਂਪਿੰਗ ਕਰਨ ਦੀ ਇਹਦਾ ਸੋਸਤਾ ਔਰ ਸੋਸਤਾ ਕਰਨ ਦੀ ਕਾਰਵਾਨ ਐਦ ਆਤੋ ਕਾਰਵਾਨ ਕਾਰਵਾਨ ਔਰ ਆਤੋ ਕਾਰਵਾਨ ਨੂੰ ਕਹਿੰਦੇ ਸੋਸਤਾ ਕਰਨ ਦੀ ਇਜਾਜ਼ਤ ਹੈ ਵੇਰ ਹੋਇਆ ਇਹ ਵੀ ਦਰੁਸਤ ਕਹਿੰਦੇ ਪਏ। ਪੰਜ ਨੰਬਰ ਕੁਐਸਚਨ ਹੈ ਇਸ ਨੇ ਫਿਕਰਾ ਤੋਂ ਇੰਡੀਕਾ ਸਿਗਨੇ ਜਿਹੜੇ ਦੱਸੇ ਮੈਂ ਇੰਡੀਕੇਟ ਕਰਦਾ ਇਸ਼ਾਰਾ ਦਿੰਦਾ ਹੈ ਉਹਨਾਂ ਦਵੈਤੋ ਦੀ ਸੋਸਤਾ ਇੱਕ ਬਣਾਈ ਹੋਈ ਸੋਸਤਾ ਕਰਨ ਦੀ ਪਰ ਆਤੋ ਕਾਰਵਾਨ ਦਵੈਤੋ ਹੈ ਜੀ ਨਹੀਂ ਜੇ ਤੁਸੀਂ ਆਤੋ ਕਾਰਵਾਨ ਹੋਵੇਗਾ ਤੁਹਾਡੇ ਕੋਲ ਤੇ ਫਿਰ ਬਾਕੀ ਨਾ ਵੀ ਤੁਹਾਡੀ ਨਾਲ ਹੀ ਹੋਵੇਗੀ ਨਾ ਵੀ ਅਸੀਂ ਇੰਨੇ ਦੂਰ ਨਹੀਂ ਕੈਂਪਿੰਗ ਲਈ ਏਰੀਆ ਨਾ ਜੇ ਤਾਂ ਕੈਂਪਿੰਗ ਲਈ ਹੈ ਤਾਂ ਤੁਸੀਂ ਆਪਣੇ ਟੈਂਟ ਵੀ ਲੈ ਜਾ ਕੇ ਲਾ ਸਕਦੇ ਹੋ ਨਾ ਤੁਸੀਂ ਗੱਡੀ 'ਚ ਲੈ ਜਾਓ ਰੱਖ ਜੇ ਟੈਂਟ ਤੇ ਟੈਂਟ ਲਗਾ ਲਓ ਫਿਰ ਤੁਸੀਂ ਉਹ ਮੀਟ ਮੂਟ ਭੁੰਨਣ ਵਾਲਾ ਸਮਾਨ ਲੈ ਕੇ ਜਾਓ ਜੇ ਮੀਟ ਨਹੀਂ ਤੁਸੀਂ ਖਾਂਦੇ ਤਾਂ ਫਿਰ ਵੱਖਰੀ ਗੱਲ ਹੈ ਅਦਰਵਾਈਜ਼ ਜਿਹੜਾ ਉਹ ਬੰਦੇ ਹੁੰਦੇ ਨਾ ਕੈਂਪਿੰਗ ਲਈ ਕਈ ਤਾਂ ਹੁੰਦੇ ਨੇ ਜਾ ਕੇ ਪ੍ਰੋਪਰ ਟੈਂਟ ਲਗਾਉਂਦੇ ਨੇ ਕਈਆਂ ਕੋਲ ਗੱਡੀਆਂ ਹੁੰਦੀਆਂ ਨੇ ਤੇ ਜਿਹੜੇ ਟੈਂਟ ਲਗਾਉਣਗੇ ਉਹ ਆਪਣੀ ਕਾਰ ਲੈ ਕੇ ਜਾਣਗੇ ਨਾ ਠੀਕ ਹੈ ਯਾਨੀ ਕਿ ਉਹਨਾਂ ਲਈ ਮਨਾਹੀ ਨਹੀਂ ਹੈ ਵੀ ਪਿਕਨਿਕ 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 ਬਿਲਕੁਲ ਬਿਲਕੁਲ ਪਿਕਨਿਕ ਪਿਕਨਿਕ ਨਾਲ ਲਈ ਇੱਕ ਥਾਂ ਹੈ ਯਾਨੀ ਕਿ ਉੱਥੇ ਕੋਈ ਵੀ ਜਾ ਸਕਦਾ ਜ਼ਰੂਰੀ ਨਹੀਂ ਸਿਰਫ ਇਹ ਹੀ ਜਾਣਗੇ ਅਸੀਂ ਵੀ ਜਾ ਸਕਦੇ ਹਾਂ ਠੀਕ ਹੈ ਇਹਦੇ ਲਈ ਇੰਨੀ ਵੱਡੀ ਗੱਡੀ ਲੈਣ ਦੀ ਲੋੜ ਨਹੀਂ ਹੈ ਆਮ ਗੱਡੀਆਂ ਨਾਲ ਵੀ ਜਾ ਸਕਦੇ ਹੋ ਲੇਕਿਨ ਉਹਨਾਂ ਲਈ ਇੱਕ ਥਾਂ ਬਣੀ ਹੋਈ ਹੈ ਵੀ ਇਹ ਗੱਡੀਆਂ ਇੱਥੇ ਸੋਸਤਾ ਕਰਨ ਦੀ ਉਹਨਾਂ ਦੀ ਵੱਖਰੀ ਥਾਂ ਹੁੰਦੀ ਹੈ ਸੋਸਤਾ ਕਰਨ ਦੀ ਵੀ ਠੀਕ ਹੈ ਲੇਕਿਨ ਇਹਦੇ ਤੋਂ ਇਲਾਵਾ ਕਹਿੰਦੇ ਇਹ ਨੋਰਮਲੀ ਹੁੰਦਾ ਜੰਗਲਾਂ ਵਗੈਰਾ ਵਿੱਚ ਜਦ ਜੰਗਲਾਂ ਵਿੱਚ ਇੱਦਾਂ ਦੇ ਜੰਗਲਾਂ ਵਿੱਚ ਕਾਫੀ ਖੁੱਲੀ ਜਗ੍ਹਾ ਹੁੰਦੀ ਹੈ ਇੱਦਾਂ ਚੀਜ਼ਾਂ ਕਰਨ ਲਈ ਅਸੀਂ ਕਿਹੜਾ ਪਾੜੇ ਛੇ ਨੰਬਰ ਕੁਐਸਚਨ ਪਾੜੇ ਸੀ ਛੇ ਨੰਬਰ ਹੈ ਕਹਿੰਦੇ ਵੀ ਸਿਨਿਆ ਫਿਗਰਾ ਤੋਂ ਇੰਡੀਕਾ ਸਿਗਨੇ ਜਿਸ ਸਮੇਂ ਇੰਡੀਕੇਟ ਕਰਦਾ ਇਸ਼ਾਰਾ ਦਿੰਦਾ ਹੈ ਉਹਨਾਂ ਜ਼ੋਨਾ ਪੈਨੋਰਾਮਿਕਾ ਦੇਖੋ ਇਹ ਕੋਈ ਜ਼ੋਨਾ ਪੈਨੋਰਾਮਿਕਾ ਨਹੀਂ ਹੈ ਵੀ ਠੀਕ ਹੈ ਜ਼ੋਨਾ ਪੈਨੋਰਾਮਿਕਾ ਤੋਂ ਮੁਰਾਦ ਹੁੰਦੀ ਹੈ ਕਿ ਮੈਂ ਸਮਝਾ ਤੁਹਾਨੂੰ ਮੈਂ ਅਦਰਾ ਜ਼ੋਨਾ ਪੈਨੋਰਾਮਿਕਾ ਤੋਂ ਮੁਰਾਦ ਜਿਵੇਂ ਸਪੇਕਿਓ ਪੈਨੋਰਾਮਿਕਾ ਹੁੰਦਾ ਹੈ ਪੈਨੋਰਾਮਿਕਾ ਸਪੇਕਿਓ ਜਿਹੜਾ ਹੁੰਦਾ ਇੱਕ ਛੋਟਾ ਸਪੇਕਿਓ ਸਾਈਡ ਸ਼ੀਸ਼ਾ ਹੁੰਦਾ ਗੱਡੀ ਦਾ ਠੀਕ ਹੈ ਉਹਦੇ ਵਿੱਚ ਛੋਟਾ ਸ਼ੀਸ਼ਾ ਹੁੰਦਾ ਲੇਕਿਨ ਸਾਰਾ ਗੱਡੀ ਦਾ ਪਿੱਛੇ ਬੈਕਗਰਾਉਂਡ ਜਿਹੜੀ ਪਿੱਛੇ ਗੱਡੀਆਂ ਆ ਰਹੀਆਂ ਨੇ ਜਾਂ ਸੜਕਾਂ ਆ ਰਹੀ ਹੈ ਉਹ ਸਾਰਾ ਕੁਝ ਛੋਟੇ ਸਪੇਕਿਓ ਸ਼ੀਸ਼ੇ ਵਿੱਚ ਨਜ਼ਰ ਆ ਰਿਹਾ ਹੁੰਦਾ ਇਸੇ ਤਰ੍ਹਾਂ ਜ਼ੋਨਾ ਪੈਨੋਰਾਮਿਕਾ ਜਿਵੇਂ ਕਿ ਇੱਕ ਹੋਟਲ ਵਗੈਰਾ ਹੁੰਦੇ ਨੇ ਜਾਂ ਕੋਈ ਇੱਦਾਂ ਦੀ ਬਿਲਡਿੰਗ ਹੁੰਦੀ ਹੈ ਜਿਹਦੇ ਵਿੱਚ ਕਮਰਾ ਹੁੰਦਾ ਜਿਹਦੇ ਵਿੱਚ ਸਾਰਾ ਸ਼ਹਿਰ ਜਾਂ ਸਾਰੀ ਬਾਹਰੂ ਚੀਜ਼ਾਂ ਨਜ਼ਰ ਆ ਰਹੀਆਂ ਹੋਣ ਠੀਕ ਹੈ ਉਹਨੂੰ ਜ਼ੋਨਾ ਪੈਨੋਰਾਮਿਕਾ ਕਹਿੰਦੇ ਨੇ ਇਸ ਕਰਕੇ ਜ਼ੋਨਾ ਪੈਨੋਰਾਮਿਕਾ ਨਹੀਂ ਹੈ ਵੀ ਗੱਲ ਕਹਿੰਦੇ ਪਏ ਠੀਕ ਹੈ ਵਿਊ ਜੀ ਜੀ ਬਿਲਕੁਲ ਕਿਵੇਂ ਵਿਊ ਵਿਊ ਬਿਲਕੁਲ ਬਿਲਕੁਲ ਭਾਬੀ ਜੀ ਜਿੱਥੋਂ ਇੱਕ ਛੋਟੇ ਜਿਹੇ ਕਮਰੇ 'ਚੋਂ ਹੀ ਆ ਜਿਵੇਂ ਪਹਾੜ 'ਤੇ ਜਿਵੇਂ ਆਪਣਾ ਕਦੀਰ ਬਾਈ ਨੇ ਬਹੁਤ ਜ਼ਿਆਦਾ ਵਧੀਆ ਡੈਫੀਨੇਸ਼ਨ ਦਿੱਤੀ ਹੈ ਕਿਤੇ ਕਿ ਜਿਵੇਂ ਤੁਸੀਂ ਪਹਾੜਾਂ ਵਗੈਰਾ 'ਤੇ ਮਕਾਨ ਵਗੈਰਾ 'ਤੇ ਜਾਂ ਪਹਾੜੀ 'ਤੇ ਉਹ ਤੁਹਾਨੂੰ ਥੱਲੇ ਵਾਲਾ ਜ਼ੋਨ ਆ ਜਾਂ ਸ਼ਹਿਰ ਸਾਰਾ ਨਜ਼ਰ ਆ ਰਿਹਾ ਹੋਵੇ ਠੀਕ ਹੈ ਜਿਵੇਂ ਇੱਕ ਕਮਰੇ ਵਿੱਚੋਂ ਬਰਾਵੋ 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 ਬਿਲਕੁਲ ਬਿਲਕੁਲ ਭਾਬੀ ਜੀ ਕਹਿ ਸਕਦੇ ਹੋ ਬਿਲਕੁਲ ਜ਼ੋਨਾ ਪੈਨੋਰਾਮਿਕਾ ਤੋਂ ਮੁਰਾਦ ਇੱਦਾਂ ਦੀ ਛਾਂ ਆਉਂਦੀ ਜਿੱਥੇ ਬਹੁਤ ਵਧੀਆ ਵਿਊ ਆ ਠੀਕ ਹੈ ਤੇ ਇਹ ਉੱਦਾਂ ਦੀ ਥਾਂ ਨਹੀਂ ਸ਼ੋਅ ਕਰਾ ਰਿਹਾ ਸਿਗਨਲ ਇਸ ਸਿਗਨਲ ਦਾ ਮਕਸਦ ਇਹ ਹੈ ਕਿ ਇਹ ਇੱਕ ਟੂਰਿਸਟ ਪੁਆਇੰਟ ਹੈ ਜਿੱਥੇ ਪਿਕਨਿਕ ਲਈ ਤੁਸੀਂ ਜਾ ਸਕਦੇ ਹੋ ਇਸ ਕਰਕੇ ਇਹ ਗਲਤ ਕਹਿੰਦੇ ਪਏ ਠੀਕ ਹੈ ਫਾਲਸ ਹੋਇਆ ਸੱਤ ਨੰਬਰ ਕੁਐਸਚਨ
आन जाना दे, अली जाओ। यार सात नंबर क्वेश्चन है अली। यार ये जना ना आजकल पीछे ही रहता है, किचन में चला जाओ। ਹਲੋਰਾ ਕਹਿੰਦੇ ਨੇ ਸੱਤ ਨੰਬਰ ਕੁਐਸਚਨ ਹੈ, ਦਰਵਾਜ਼ਾ ਬੰਦ ਕਰ ਦੇਣਾ ਅਲੀ, ਦਰਵਾਜ਼ਾ ਬੰਦ ਕਰ ਦੇ। ਇਸ ਨਾਲ ਫਿਕਰ ਆ ਤੋ ਇੰਡੀਕਾ ਸੀ ਨਾ, ਜਿਹੜਾ ਤੁਸੀਂ ਵੀ ਜ਼ਿਕਰ ਕਰਦਾ ਹੈ, ਉਹਨਾਂ ਆਫਿਸਿਨੋ ਇੱਕ ਆਫਿਸ ਹੈ ਦੀ ਦੀ ਰਿਪੇਰਾਸ਼ਿਓ ਵੀ ਕੋਲ ਹੀ, ਜਿੱਥੇ ਰਿਪੇਅਰ ਕਰਦੀ ਚੱਲੀਆਂ ਗੱਡੀਆਂ। ਦਾ ਕੰਪੇਜੀਓ ਨੈਲਾ ਵਿਚੀਨੈਂਜ਼ਾ ਔਰ ਕੈਂਪਿੰਗ ਵਗੈਰਾ ਹੈ ਵੇ ਇੱਥੇ ਨੇੜੇ। ਗੱਲ ਕਹਿੰਦੇ ਪਏ ਕੋਈ ਗੱਡੀਆਂ ਰਿਪੇਅਰ ਕਰਨ ਲਈ ਆਫਿਸ, ਕੋਈ ਵਰਕਸ਼ਾਪ ਨਹੀਂ ਹੈ ਵੀ ਫਾਲਸ ਹੋਇਆ। ਅੱਠ ਨੰਬਰ ਕੁਐਸਚਨ ਸੀਨੇ ਫਿਕਰਾ ਤੋਂ ਸਿਗਨੇ, ਜਿਹੜਾ ਦੱਸਣ ਪਏ ਇੰਡੀਕਾ ਇੰਡੀਕਾ ਕਰਦੇ ਨੇ, ਉਹਨਾਂ ਪੋਸਟਾਸ਼ੀਓ ਨੇ ਮੋਬੀਲ, ਇੱਕ ਪੋਸਟਾਸ਼ੀਓ ਨੇ ਮੋਬੀਲ ਦੀ ਪੁਲਿਸ ਹੈ ਨਲ ਵਿਚੀ ਨੈਂਜ਼ਾ ਨੇੜੇ। ਕਹਿੰਦੇ ਪਏ ਇੱਕ ਪੋਸਟਾਸ਼ੀਓ ਨੇ ਮੋਬੀਲ ਹੈ ਪੁਲਿਸ ਵਾਲਿਆਂ ਦੀ ਵੀ ਨਲ ਵਿਚੀ ਨੈਂਜ਼ਾ ਨੇੜੇ। ਦੇਖੋ ਇੱਕ ਪੋਸਟਾਸ਼ੀਓ ਨੇ ਮੋਬੀਲ ਨਹੀਂ ਹੈ ਵੀ ਪੁਲਿਸ ਵਾਲਿਆਂ ਦੀ ਕੋਈ ਥਾਂ ਨਹੀਂ ਹੈ ਵੀ ਨੇੜੇ, ਠੀਕ ਹੈ, ਚੌਕੀ ਵਗੈਰਾ ਜਿਵੇਂ ਕਹਿ ਸਕਦੇ ਹਾਂ। ਗਲਤ ਕਹਿੰਦੇ ਪਏ ਫਾਲਸ ਹੋਇਆ। ਨੌ ਨੰਬਰ ਸੈਕਸ਼ਨ ਸੀ ਨੇ ਫਿਕਰਾ ਤੋਂ ਇੰਡੀਕਾ ਇੰਡੀਕਾ ਕਰਦੇ ਨੇ, ਉਹਨਾਂ ਪੋਸਟੋ ਮੋਬੀਲ ਦੀ ਪਰੰਤੋ ਸਕੋਰਸੋ ਨਾਲ ਵਿਚੀ ਨੈਂਜ਼ਾ, ਇੱਕ ਪੋਸਟੋ ਮੋਬੀਲ ਹੈ ਪਰੰਤੋ ਸਕੋਰਸੋ ਨੇੜੇ। ਇਹ ਵੀ ਗਲਤ ਕਹਿੰਦੇ ਪਏ, ਇੱਕ ਪੋਸਟੋ ਮੋਬੀਲ ਦੀ ਪਰੰਤੋ ਸਕੋਰਸੋ ਦੀ ਨਹੀਂ ਹੈ ਵੀ ਫਾਲਸ ਹੋਇਆ, ਠੀਕ ਹੈ। ਅੱਗੇ ਆ ਗਏ ਸਾਨੂੰ ਅਗਲਾ ਜਿਹੜਾ ਹੈ ਨਾ, ਇਹ ਹੈਗਾ ਵੇ ਇੱਕ ਥਾਂ ਸਪੈਸ਼ਲ ਬਣੀ ਹੁੰਦੀ ਹੈ, ਏਰੀਆ ਤੋਂ ਰਿਜ਼ਾਤ ਆ ਕੌਣ ਇੰਪਿਆਂ ਤੇ ਦਿਸਕਾਰੀਕੋ, ਜਿਹੜੀਆਂ ਗੱਡੀਆਂ ਵਿੱਚ ਇੰਪਿਆਂ ਤੇ ਦਿਸਕਾਰੀਕ ਹੁੰਦਾ ਨਾ, ਜਿਨ੍ਹਾਂ ਨੇ ਨਵਾਂ ਪਾਣੀ ਸਾਫ਼ ਲੈਣਾ ਹੁੰਦਾ, ਗੰਦੇ ਪਾਣੀ ਕੱਢਣੇ ਹੁੰਦੇ ਨੇ, ਕਿਹੜੀਆਂ ਗੱਡੀਆਂ ਵਿੱਚ ਹੁੰਦੇ ਨੇ ਜਿਨ੍ਹਾਂ ਦੀ ਕਿਚਨ ਦੀ ਜਾਂ ਵਾਸ਼ਰੂਮ ਦੀ ਸਹੂਲਤ ਹੁੰਦੀ ਹੈ, ਕਿਹੜੀਆਂ ਗੱਡੀਆਂ ਵਿੱਚ ਕਿਚਨ ਵਾਸ਼ਰੂਮ ਦੀ ਸਹੂਲਤ ਹੁੰਦੀ ਹੈ, ਕਿਸੇ ਨੂੰ ਪਤਾ ਹੈ? ਆਟੋ ਕਾਰਵਾਨ ਇੱਕ, ਦੂਜੀ ਆਤ ਕਾਰਵਾਨ ਆਟੋ ਕਾਰਵਾਨ ਦੋ ਗੱਡੀਆਂ ਹੋ ਗਈਆਂ, ਉਹਦੇ ਤੋਂ ਇਲਾਵਾ ਫਿਲੀਪ ਸ਼ਾਬਾਸ਼ ਪੀਲੋ ਬੋਸ ਜਾਂ ਆਟੋ ਬੋਸ ਜਾਂ ਪੂਲਮਨ, ਠੀਕ ਹੈ, ਜੇ ਬੱਸ ਹੁੰਦੀ ਹੈ ਕੋਈ। ਇਹ ਤਿੰਨ ਕਿਸਮ ਦੀਆਂ ਗੱਡੀਆਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਵਾਸ਼ਰੂਮ ਜਾਂ ਕਿਚਨ ਵਗੈਰਾ ਦੀ ਸਹੂਲਤ ਹੁੰਦੀ ਹੈ। ਜ਼ਾਹਰੀ ਗੱਲ ਹੈ ਵਾਸ਼ਰੂਮ ਕਿਚਨ ਹੋਇਆ ਤਾਂ ਸਾਫ਼ ਜਾਂ ਗੰਦੇ ਪਾਣੀ ਵੀ ਤੁਹਾਨੂੰ ਲੋੜ ਪਵੇਗੀ, ਠੀਕ ਹੈ। ਅਤੇ ਇਹ ਜਿਹੜੀ ਥਾਂ, ਕਿਉਂਕਿ ਹਰ ਜਗ੍ਹਾ 'ਤੇ ਨਹੀਂ ਤੁਸੀਂ ਸੁੱਟ ਸਕਦੇ, ਇਹ ਜਿਹੜੀ ਸਪੈਸ਼ਲ ਜਗ੍ਹਾ ਬਣੀ ਹੁੰਦੀ ਹੈ ਜਿੱਥੇ ਤੁਸੀਂ ਸਾਫ਼ ਪਾਣੀ ਲੈ ਸਕਦੇ ਹੋ ਔਰ ਗੰਦੇ ਪਾਣੀ ਇੱਥੇ ਖਾਰਜ ਕਰ ਸਕਦੇ ਹੋ, ਸੁੱਟ ਸਕਦੇ ਹੋ, ਠੀਕ ਹੈ। ਸਪੈਸ਼ਲ ਜਗ੍ਹਾ ਬਣੀ ਹੁੰਦੀ ਹੈ, ਇਹਨੂੰ ਕਹਿੰਦੇ ਨੇ ਇੰਪਿਆਂਤੇ ਦੀ ਕਾਰੀਕੋ, ਠੀਕ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ, ਇੱਕ ਟਿਪ ਹੈ, ਜੇ ਤੁਸੀਂ ਲਿਖਣਾ ਚਾਹੋ ਤਾਂ ਲਿਖ ਲਓ, ਬਹੁਤ ਸਾਰਾ ਮਤਲਬ, ਕਿਉਂਕਿ ਥੋੜੇ ਕੁਐਸਚਨ ਇਹਦੇ ਅੱਗੇ ਵੀ ਆਏ ਨੇ, ਸਿਰਫ ਇੱਥੇ ਨਹੀਂ ਇਹਦੇ ਕੁਐਸਚਨ, ਇਹਦੇ ਕੁਐਸਚਨ ਅੱਗੇ ਵੀ ਆਏ ਨੇ। ਇੰਪਿਆਂਤ ਜਿਹੜਾ ਜਿਹਦੇ ਵਿੱਚ ਲਿਖਿਆ ਹੁੰਦਾ ਇਹ ਜੇ ਨਹੀਂ ਕਿਸੇ ਨੇ ਤਾਰੀ, ਉਹ ਕੁਐਸਚਨ ਵੇਰੋ ਹੁੰਦੇ ਨੇ, ਠੀਕ ਹੈ, ਔਰ ਮੁਸ਼ਕਿਲ ਕੁਐਸਚਨ 'ਚ ਹੁੰਦੇ ਨੇ ਥੋੜ੍ਹੇ ਜਿਹੇ। ਅਤੇ ਇੰਪਿਆਂਤ ਸਕਾਰੀਕੋ ਇੰਪਿਆਂਤ ਸਕਾਰੀਕੋ ਨੇ ਅਜੇ ਨਹੀਂ ਕਿਸੇ ਨੇ ਤਾਰੀ, ਅਭਿਆਨ ਸਿਕਾਰੀ ਕੋਈ ਨਹੀਂ ਲਿਖਣਾ, ਇੱਜੇ ਨਹੀਂ ਕਿਸੇ ਨੇ ਤਾਰੀ ਲਿਖਣਾ, ਜਿਹਦੇ ਵਿੱਚ ਲਿਖਿਆ ਆਵੇਗਾ ਉਸ ਕੁਐਸਚਨ ਕਿਵੇਂ ਹੁੰਦੇ ਨੇ, ਵੇਰ ਆਉਂਦੇ ਨੇ, ਸ਼ਾਬਾਸ਼, ਵੇਰ ਆਉਂਦੇ ਨੇ। ਇੱਕ ਨੰਬਰ ਕੁਐਸਚਨ ਹੈ, ਪੜ੍ਹਦੇ ਹਾਂ ਅਸੀਂ, ਕਹਿੰਦੇ ਨੇ ਇਹ ਸਿਨੈਰੋ ਫਿਗਰਾ ਤੋਂ ਸਿਗਨੇਚਰ ਦੱਸਣ ਪਏ ਇੰਦੀ ਕੰਡੀ ਕੀ ਕਹਿੰਦੇ ਨੇ, ਉਹਨਾਂ ਏਰੀਆ ਤੋਂ ਰਿਜ਼ਾਤ ਆ ਇੱਕ ਏਰੀਆ ਮਨਜ਼ੂਰ ਸ਼ੁਦਾ ਵੇ ਕੌਣ ਇੰਪਿਆਂ ਦੇ ਸਿਕਾਰੀ ਕੋ ਭਰੀ ਵੀ ਕੋਲ ਹੀ, ਜਿੱਥੇ ਇੰਪਿਆਂ ਦੇ ਸਿਕਾਰੀ ਕੋ ਹੈ ਗੱਡੀਆਂ ਲਈ, ਕਿ ਹਾਂ ਉਹ ਸਰਵਿਸ ਦੀ ਅਜੈਨੀ ਕੋ, ਜਿੱਥੇ ਹੈਗੀ ਹੈ ਸਰਵਿਸ ਦੀ ਅਜੈਨਿਕੋ, ਜਿੱਥੇ ਅਜੈਨਿਕੋ ਸੰਤਾਰੀ, ਅਜੈਨਿਕੋ ਸੰਤਾਰੀ ਕੁਐਸਚਨ ਦੇ ਵਿੱਚ ਆ ਗਿਆ, ਕੁਐਸਚਨ ਆਟੋਮੈਟਿਕਲੀ ਵੇਰ ਹੋ ਜਾਣਾ ਸੀ, ਠੀਕ ਹੈ। ਅਜੈਨਿਕੋ ਸੰਤਾਰੀ ਹੋਵੇਗਾ ਜਿਹੜੇ ਵੇਰੋ ਵਾਲੇ ਸਵਾਲ ਆ, ਠੀਕ ਹੈ, ਬਿਲਕੁਲ। ਅੱਗੇ ਵੀ ਇਹ ਸਿਰਫ ਇੱਥੇ ਨਹੀਂ ਕੁਐਸਚਨ ਇਹਦੇ ਆਉਣੇ, ਇਹਦੇ ਕੁਐਸਚਨ ਅੱਗੇ ਵੀ ਹੈ ਨਾ, ਗਲਬਨ 24 ਨੰਬਰ ਚੈਪਟਰ ਵਿੱਚ ਨੇ, ਠੀਕ ਹੈ, ਉੱਥੇ ਵੀ ਜਾਨੀ ਕਿ ਸੰਤਾਲੀ ਜਿੱਥੇ ਲਿਖਿਆ ਹੋਣਾ ਉੱਥੇ ਕੁਐਸਚਨ ਫਿਰ ਹੋ ਜਾਣਾ। ਕਹਿੰਦੇ ਇੱਕ ਵਾਰੀ ਆਥੋਰਾਈਜ਼ਡ ਹੈ ਜਿਹੜੀਆਂ ਗੱਡੀਆਂ ਵਿੱਚ ਇੰਪਿਆਂ ਦੇ ਸਿਕਾਰੀ ਕੋ ਹੈ ਨਾ, ਵੀ ਸਰਵਿਸ ਦੀ ਜਾਨੀ ਕੋ ਲਈ, ਠੀਕ ਹੈ, ਜਾਨੀ ਕਿ ਸੰਤਾਲੀ ਲਈ, ਪਾਣੀ ਗੰਦੇ ਪਾਣੀ ਕੱਢਣ ਲਈ ਔਰ ਨਵੇਂ ਪਾਣੀ ਰੱਖਣ ਲਈ, ਸਟੋਰ ਕਰਨ ਲਈ। ਦੋ ਨੰਬਰ ਕੁਐਸਚਨ ਸੀ ਨਾ ਫਿਕਰਾ ਤੋਂ ਇੰਡੀਕੇਟ, ਜਿਹੜਾ ਦੱਸਿਆ ਮੈਂ ਇੰਡੀਕੇਟ ਕਰਦਾ, ਇਸ਼ਾਰਾ ਦਿੰਦਾ ਹੈ, ਉਹਨਾਂ ਏਰੀਆ ਕੌਣ ਇੰਪਿਆਂ ਦੀ ਜਾਨੀ ਕਿ ਸੰਤਾਰੀ, ਇਹ ਜਾਨੀ ਕਿ ਸੰਤਾਰੀ ਫਿਰ ਆ ਗਿਆ, ਇਹਨੇ ਫਿਰ ਵੇਰੋ ਕਰਾ ਦਿੱਤਾ ਸਵਾਲ, ਹੈ ਨਾ। ਕਹਿੰਦੇ ਇੰਡੀਕੇਟ ਕਰਦੇ ਨੇ, ਇਸ਼ਾਰਾ ਦਿੰਦੇ ਨੇ ਜੀ,
ਉਹਨਾਂ ਏਰੀਆ ਇੱਕ ਏਰੀਆ ਇੰਪਿਆਂਟ ਦੀ ਯਾਨੀ ਕਿ ਸੰਤਾਰੀ ਹੈ ਜਿੱਥੇ ਇੰਪਿਆਂਟ ਯਾਨੀ ਕਿ ਪਲਾਂਟ ਲੱਗਿਆ ਹੋਇਆ ਯਾਨੀ ਕਿ ਸੰਤਾਰੀ ਦਾ ਗੰਦੇ ਸਾਫ਼ ਪਾਣੀ ਦਾ ਇੰਤਜ਼ਾਮ ਇੱਥੇ ਪਰ ਰਿਕੋਲੀਅਰੇ ਲੈ ਆਕੋ ਦਲਾ ਆਤੋ ਕਾਰਵਾਂ ਜਿੱਥੇ ਤੁਸੀਂ ਹਾਸਲ ਕਰ ਸਕਦੇ ਹੋ ਜਾਂ ਠਿਕਾਣਾ ਲਾ ਸਕਦੇ ਹੋ ਪਾਣੀ ਜਿਹੜੇ ਨੇ ਆਤੋ ਕਾਰਵਾਂ ਵਗੈਰਾ ਦੇ ਜਿਸ ਦਰੁਸਤ ਕਹਿੰਦੇ ਬੇਬੀ ਵੇਰ ਹੋਇਆ ਤਿੰਨ ਪਕੋਸ਼ਨ ਸਿਨੇਰ ਸਿਗਰਾਤ ਹੋ ਇੰਤਰੇਸ ਤੁਤੀ ਵੀ ਗੋਲੀ ਇਹ ਇੰਤਰੇਸਾ ਪ੍ਰਭਾਵਿਤ ਅਸਰ ਅੰਦਾਜ਼ ਕਰਦੀ ਹੈ ਯਾਨੀ ਕਿ ਉਹਨਾਂ ਲਈ ਹੈ ਸਭਾਂ ਗੱਡੀਆਂ ਲਈ ਕਿ ਹਾਂ ਉਹ ਜਲ ਇੰਪਿਆਂ ਤੇ ਏਜੈਨਿਕ ਸੰਤਾਰੀ ਜਿਹਨਾਂ ਵਿੱਚ ਏਜੈਨਿਕ ਸੰਤਾਰੀ ਇੰਪਿਆਂ ਤੇ ਹੈਗਾ ਇਹ ਵੀ ਫਿਰ ਵੇਰੋ ਕਰਨਾ ਪੈਣਾ ਸਾਨੂੰ ਕਿਉਂਕਿ ਏਜੈਨਿਕ ਸੰਤਾਰੀ ਦੇ ਵਿੱਚ ਵੀ ਆ ਗਿਆ ਠੀਕ ਹੈ ਇਸ ਕਰਕੇ ਦੁਰਸਤ ਕਹਿੰਦੇ ਨੇ ਚਾਰ ਨੰਬਰ ਕੁਸ਼ਚਨ ਸਿਨੇਰ ਸਿਗਰਾਤ ਹੁੰਦੀ ਕਿ ਸਿਗਨੇਚਰ ਸਮੇਂ ਇੰਡੀਕੇਟ ਕਰਦਾ ਹੈ ਇੰਡੀਕਾਲ ਇੰਪਿਆਂ ਤੇ ਦੀ ਇੰਪਿਆਂ ਤੇ ਕੌਨਸੈਂਟ ਕੌਨਸੈਂਟ ਨੂੰ ਜਿਹੜਾ ਇੱਕ ਇੰਪਿਆਂ ਤੇ ਜਿਹੜਾ ਇਜਾਜ਼ਤ ਦਿੰਦਾ ਹੈ ਇਹ ਵੀ ਕੋਲੀ ਗੱਡੀਆਂ ਨੂੰ ਕਿ ਹਾਂ ਉਹ ਸਰਵੀਸ ਹੋ ਜਾਣੀ ਕੋ ਜਿਹਨਾਂ ਨੂੰ ਵਿੱਚ ਸਰਵੀਸ ਜੋ ਏਜੈਨਿਕ ਸੰਤਾਰੀ ਹੈ ਏਜੈਨਿਕ ਸੰਤਾਰੀ ਫਿਰ ਆ ਗਿਆ ਫਿਰ ਵੇਰ ਹੋ ਗਿਆ ਲੋ ਸਿਕਾਰੀ ਕੋ ਲੋ ਰਜਿਊਤੀ ਔਰਗਾਨੀ ਉਹ ਬਾਹਰ ਕੱਢ ਸਕਣ ਰਜਿਊਤੀ ਔਰਗਾਨੀ ਗੰਦ ਵਗੈਰਾ ਦੇ ਲਿਆ ਕੇ ਆਕਵੇ ਬਿਆਂ ਕੇ ਇਸ ਪੌਰ ਕੇ ਜਿੱਥੇ ਹੈਗੇ ਨੇ ਆਕਵੇ ਫੈਦ ਔਰ ਸਪੋਰ ਕੇ ਗੰਦੇ ਪਾਣੀ ਠੀਕ ਹੈ ਇਸ ਕਰਕੇ ਵੀ ਦਰੁਸਤ ਕਹਿੰਦੇ ਪਏ ਵੇਰ ਹੋਇਆ ਪੰਜ ਨੰਬਰ ਕੁਸ਼ਚਨ ਇਸ ਸੁਨਹਿਰੇ ਫਿਕਰਾਤ ਹੋ ਇਹਦੀ ਗੱਲ ਡਿਗਰ ਕਰਦੇ ਨੇ ਲਾ ਪ੍ਰੈਜੈਂਸਾ ਦੀ ਸਰਵੀਸ ਏਜੈਨਿਕ ਕੀ ਪਾਰੀ ਵਿਆਜ ਤੋਰੀ ਸਰਵੀਸ ਏਜੈਨਿਕ ਕੀ ਹੁੰਦੇ ਹੈ ਸਰਵੀਸ ਏਜੈਨਿਕ ਕੀ ਹੁੰਦੀ ਹੈ ਜਿਹੜਾ ਵਾਸ਼ਰੂਮ ਹੁੰਦਾ ਹੈ ਬਾਥਰੂਮ ਵਾਸ਼ਰੂਮ ਦੀ ਸਹੂਲਤ ਹੈ ਵਿਆਜ ਤੋਰੀ ਸਫ਼ਰ ਕਰਨ ਵਾਲਿਆਂ ਅਸੀਂ ਇਹ ਵਾਸ਼ਰੂਮ ਦੀ ਸਹੂਲਤ ਨਹੀਂ ਦੱਸ ਰਹੇ ਆ ਵੀ ਠੀਕ ਹੈ ਇਹ ਦੱਸ ਰਹੇ ਨੇ ਕਿ ਉਹਨਾਂ ਜਿਹੜੀ ਵਾਸ਼ ਜਿਹਨਾਂ ਗੱਡੀਆਂ ਵੀ ਵਾਸ਼ਰੂਮ ਦੀ ਸਹੂਲਤ ਹੈ ਉਹਨਾਂ ਲਈ ਸਾਫ਼ ਔਰ ਗੰਦੇ ਪਾਣੀ ਇੱਥੇ ਲੱਗਦੇ ਨੇ ਫਾਲਸ ਹੋ ਗਿਆ ਇਸ ਕਰਕੇ ਠੀਕ ਹੈ ਛੇ ਨੰਬਰ ਕੁਸ਼ਚਨ ਸਿਨੇਰ ਫਿਗਰਾ ਤੋਂ ਇੰਡੀਕਾ ਸਿਗਨੇਚਰ ਦੱਸਣ ਪੇ ਇੰਡੀਕੇਟ ਕਰਦਾ ਇਸ਼ਾਰਾ ਦਿੰਦਾ ਹੈ ਉਹਨਾਂ ਸਰਾਧਾ ਰਿਜ਼ਰਵਾਤ ਆ ਅਲੇ ਆਤੋ ਕਾਰਵਾਨ ਇੱਕ ਰੋਡ ਰਿਜ਼ਰਵ ਹੈ ਆਤੋ ਕਾਰਵਾਨ ਲਈ ਇਸ ਨਿਆਲੇ ਇੰਡੀਕਾ ਸਿਗਨੇਚਰ ਇੰਡੀਕੇਟ ਕਰਦਾ ਹੈ ਉਹਨਾਂ ਦੇਖੋ ਇਹ ਰੋਡ ਰਿਜ਼ਰਵ ਨਹੀਂ ਹੈ ਵੀ ਆਤੋ ਕਾਰਵਾਨ ਲਈ ਕਿ ਰੋਡ ਨਹੀਂ ਰਿਜ਼ਰਵ ਹੈ ਵੀ ਇਹ ਥਾਂ ਹੈ ਵੇ ਸਿਰਫ ਆਤੋ ਕਾਰਵਾਨ ਲਈ ਕਾਰਵਾਨ ਲਈ ਰੋਲੋਤਸ ਵੀ ਆ ਸਕਦਾ ਇੱਥੇ ਔਰ ਬੱਸਾਂ ਵਗੈਰਾ ਵੀ ਇੱਥੇ ਆ ਸਕਦੀਆਂ ਇਸ ਕਰਕੇ ਫਾਲਸ ਹੋਇਆ ਸਾਤ ਨੰਬਰ ਕੁਸ਼ਚਨ ਸਿਨੇਰ ਫਿਗਰਾ ਤੋਂ ਇੰਡੀਕਾ ਇੰਡੀਕੇਟ ਕਰਦੇ ਨੇ ਉਹਨਾਂ ਇੰਪਿਆਂ ਤੇ ਪਰ ਇੱਕ ਇੰਪਿਆਂ ਤੇ ਹੈਗਾ ਹੈ ਪਰ ਇਲ ਪੇਜ਼ਾਤੂਰਾ ਦਲਾ ਆਤੋ ਕਾਰਵਾਨ ਪੇਜ਼ਾਤੂਰਾ ਜਿਹੜਾ ਬਰਾਓ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਕਹਿੰਦੇ ਇੰਡੀਕਾ ਇੰਡੀਕੇਟ ਕਰਦੇ ਨੇ ਇੰਪਿਆਂ ਤੋਂ ਪਰ ਇਹ ਪੇਜ਼ਾਤੂਰਾ ਇੱਕ ਇੰਪਿਆਂ ਤੋਂ ਹੈ ਪੇਜ਼ਾਤੂਰਾ ਯਾਨੀ ਕਿ ਵਜ਼ਨ ਤੋਲਣ ਵਾਲਾ ਦਲਾ ਆਤੋ ਕਾਰਵਾਨ ਆਤੋ ਕਾਰਵਾਨ ਲਈ ਦੇਖੋ ਗਲਤ ਕਹਿੰਦੇ ਪਏ ਇੱਕ ਵਜ਼ਨ ਤੋਲਣ ਵਾਲੀ ਕੋਈ ਮਸ਼ੀਨ ਜਾਂ ਡਿਸਪੋਜ਼ਿਟਿਵ ਜਾਂ ਇੰਪਿਆਂ ਤੇ ਨਹੀਂ ਹੈ ਵੀ ਇਸ ਕਰਕੇ ਫਾਲਸ ਹੋਇਆ ਠੀਕ ਹੈ ਇਸ ਨੇ ਫਿਗਰਾ ਤੋਂ ਅਵੇਅਰ ਤੇ ਦੀ ਫਾਰ ਅਟੈਂਸ਼ਨ ਹੈ ਕਹਿੰਦੇ ਅਟੈਂਸ਼ਨ ਲਵੋ ਅਲੇ ਬੁੱਕ ਕੇ ਸੁਲਹ ਕਰਜਾਤਾ ਬੁੱਕ ਕੇ ਯਾਨੀ ਕਿ ਇੱਥੇ ਜਿਹੜੀਆਂ ਬੁੱਕ ਖੱਡੇ ਵਗੈਰਾ ਨੇ ਸੁਰ ਕਰਜਾਤਾ ਕਰਜਾਤੇ ਦੇ ਉੱਤੇ ਕਹਿੰਦੇ ਉਹਨਾਂ ਦੀ ਅਟੈਂਸ਼ਨ ਲਵੋ ਗਲਤ ਕਹਿੰਦੇ ਪਏ ਉਹਦੇ ਲਈ ਸਿਗਨਲ ਹੀ ਹੋ ਸਾਈਨ ਬੋਰਡ ਹੀ ਹੁੰਦਾ ਠੀਕ ਹੋਰ ਹੁੰਦਾ ਉਹ ਸਿਗਨਲ ਦੀ ਪੈਰੀਕਲੋ ਦਾ ਪਹਿਲਾ ਸਿਗਨਲ ਹੈ ਡਿਫਰਮਾਤਾ ਜਿਹਨੂੰ ਕਹਿੰਦੇ ਨੇ 200 ਜਿਹਨੂੰ ਡਿਫਰਮਾਤਾ ਡਿਫਿਸਤਾਤਾ ਪਾਵਮੈਂਟੇਸ਼ਨ ਰੈਗੂਲਰ ਜਿਹਨੂੰ ਕਹਿੰਦੇ ਨੇ ਨੌ ਨੰਬਰ ਕੁਸ਼ਚਨ ਹੈ ਸਿਨੇ ਫਿਗਰਾ ਸਿਗਨਲ ਦੱਸਦੇ ਨੇ ਬੇ ਪ੍ਰੋਵੀਜ਼ਾ ਨੋਟਿਸ ਦਿੰਦੇ ਨੇ ਉਹਨਾਂ ਕੁਨੇਤਾ ਪੈਰੀਕਲੋਜ਼ੋ ਵੀ ਕੁਨੇਤਾ ਹੈਗਾ ਖਤਰਨਾਕ ਦੇਖੋ ਇਹ ਵੀ ਗਲਤ ਕਹਿੰਦੇ ਪਏ ਇੱਥੇ ਕੋਈ ਕੁਨੇਤਾ ਨਹੀਂ ਦੱਸ ਰਿਹਾ ਵੀ ਠੀਕ ਹੈ ਕੁਨੇਤਾ ਜਿਹੜਾ ਹੁੰਦਾ ਹੈ ਹੁਣ ਪਹਿਲਾਂ ਅਸੀਂ ਪੜ੍ਹੇ ਸੀ ਡਿਫਰਮਾਤਾ ਦੀ ਸੁਸਤਾ ਦਾ ਉਹ ਤੁਸੀਂ ਦੇਖ ਸਕਦੇ ਹੋ 59 ਨੰਬਰ ਪੇਜ ਦੇ ਉੱਤੇ ਅਤੇ ਜਿਹੜਾ ਡਿਫਰਮਾਤਾ ਦਾ ਸਾਈਨ ਹੁੰਦਾ ਜਿਹੜਾ ਬੂਕੇ ਹੁੰਦੇ ਨੇ ਖੱਡੇ ਖੁੱਡੇ ਹੁੰਦੇ ਰੋਡ ਦੇ ਠੀਕ ਹੈ ਅਸੀਂ ਬੂਕੇ ਉੱਤੇ ਪੜ੍ਹੇ ਨਾ ਅਤੇ ਕੁਨੇਤਾ ਜਿਹੜਾ ਹੁੰਦਾ ਜੇ ਤੁਸੀਂ ਦੇਖਣਾ ਵੇ ਕੁਨੇਤੇ ਵਾਲਾ ਜਿਹੜਾ ਸਾਈਨ ਬੋਰਡ ਹੈ ਉਹ ਹੈਗਾ ਵੇ 65 ਨੰਬਰ ਪੇਜ 'ਤੇ ਠੀਕ ਹੈ ਇਹ 65 ਤੇ ਤੁਸੀਂ ਜਾ ਕੇ ਦੇਖ ਸਕਦੇ ਹੋ 65 ਨੰਬਰ ਪੇਜ ਜਿਹੜਾ ਹੈ ਇਹ ਕੁਨੇਤੇ ਦਾ ਸਾਈਨ ਬੋਰਡ ਹੈ ਠੀਕ ਹੈ ਅਤੇ ਫਿਫਟੀ ਨੰਬਰ ਤੇ ਪੜ੍ਹ ਕੱਲ੍ਹ ਪੜ੍ਹ ਲਓ ਵੀ ਇਹ ਪੈਦਲ ਚੱਲਣ ਵਾਲੇ ਬਸ ਹੀ ਹੈ ਨਾ ਅਸਲ ਵਿੱਚ ਯਾਰ ਪੜ੍ਹ ਤੇ ਦਿਆਂਗਾ ਉਹ ਦੂਜਿਆਂ ਦੀ ਕਲਾਸ ਰਹਿ ਜਾਣੀ ਹੈ ਨਾ ਫਿਰ 40 ਮਿੰਟ ਹੋ ਗਏ ਨੇ ਜਿਹਨੂੰ ਜਿਹਨੂੰ ਚਾਹੀਦੀ ਹੈ ਐਕਸਟਰਾ ਚੀਜ਼ ਜਾਂ ਐਕਸਟਰਾ ਕਲਾਸ ਜਾਂ ਐਕਸਟਰਾ ਕੁਝ ਚਾਹੀਦਾ ਹੈ ਤਾਂ ਉਹ ਮੈਨੂੰ ਦੱਸਿਆ ਕਰੋ ਠੀਕ ਹੈ
ਮੈਨੂੰ ਪਤਾ ਨਹੀਂ ਰੀਸ ਹੈ, ਜਿਹੜੀ ਚੀਜ਼ ਤੁਹਾਨੂੰ ਨਹੀਂ ਸਮੇਂ ਲੱਗਦੀ ਤੁਸੀਂ ਮੈਨੂੰ ਜਿੰਨਾ ਕਾਲ ਕਰ ਲਓ ਭਾਜੀ, ਮੈਨੂੰ ਇਹ ਚੀਜ਼ ਸਮਝਾ ਦਿਓ, ਮੈਨੂੰ ਮੇਰੇ ਨਾਲ ਟਾਈਮ ਬਣਾ ਲਓ ਭਾਜੀ, ਮੈਨੂੰ ਇਹ ਪੇਜ ਤੁਸੀਂ ਮੈਨੂੰ ਚੈਪਟਰ ਭੇਜਿਆ ਸੀ, ਇਹ ਪੇਜ ਮੈਨੂੰ ਸਮੇਂ ਲੱਗੀ ਮੈਨੂੰ ਪੜ੍ਹਾ ਦਿਓ, ਮੈਂ ਤੁਹਾਨੂੰ ਪੜ੍ਹਾ ਦਾਂਗਾ, ਠੀਕ ਹੈ? ਓਕੇ ਓਕੇ, ਆ ਜਾਓ ਆ ਜਾਓ, ਚਲੋ ਇੱਕ ਨੰਬਰ ਕੁਐਸਚਨ ਹੈ, ਇੱਕ ਨੰਬਰ ਕੁਐਸਚਨ ਹੈ, ਅਤਰਵਰ ਸਮੇਂ ਤੇ ਬਦਨਾ ਲੇ, ਅਤਰਵਰ ਸਮੇਂ ਤੇ ਬਦਨਾ ਲੈਂਦੀ ਹੈ, ਜਿਵੇਂ ਅਤਰਵਰ ਸਮੇਂ ਤੇ ਗੁਲਾਬੀ ਲਿਆਉਂਦੀ ਹੈ, ਜ਼ੇਬਰਾ ਕ੍ਰੋਸਿੰਗ ਹੈਗੀ ਹੈ ਪੈਦਲ ਚੱਲਣ ਵਾਲੇ ਵਾਸੀ, ਠੀਕ ਹੈ? ਕਹਿੰਦੇ ਨੇ ਸਿਨੇਰ ਫਿਗਰਾ ਤੋਂ ਸਿਗਨੇ ਜੀ ਦੱਸਣ ਪਏ ਇੰਡੀਕਾ ਇੰਡੀਕੇ ਕਹਿੰਦੇ ਨੇ ਇਸ਼ਾਰਾ ਦਿੰਦੇ ਨੇ ਉਹਨਾਂ ਅਤਰਵਰ ਸਮੇਂ ਤੋਂ ਬਦਨਾ ਲੇ ਨਨ ਰੈਗੂਲਰ ਦਾ, ਇੱਕ ਅਤਰਵਰ ਸਮੇਂ ਤੇ ਬਦਨਾ ਲੇ ਜਿਹੜਾ ਰੈਗੂਲਰ ਨਹੀਂ ਹੈਗਾ, ਦਰੁਸਤ ਕਹਿਣ ਪਏ ਵੇਰ ਹੋਇਆ, ਕਿਉਂਕਿ ਰੈਗੂਲਰ ਤੋਂ ਮੁਰਾਦ ਨਹੀਂ ਜਿਹੜਾ ਕਿ ਇੱਥੇ ਇਸ਼ਾਰਾ ਸ਼ੁਰੂ ਲੱਗਿਆ ਹੋਵੇ, ਠੀਕ ਹੈ? ਇਸ਼ਾਰਾ ਨਹੀਂ ਲੱਗਿਆ ਹੈ ਵੀ ਇਸ ਕਰਕੇ ਨੋਨ ਰੈਗੂਲਰ ਦਾ ਸਮਾਫਰੋ, ਠੀਕ ਹੈ? ਇਸ਼ਾਰਾ ਹੁੰਦਾ ਉਹ ਆਪਣਾ ਲੈਟਾਂ ਵਾਲਾ ਨਿਸ਼ਾਨ ਜਿਹੜੇ ਹੁੰਦੇ ਨੇ, ਠੀਕ ਹੈ? ਦੋ ਨੰਬਰ ਕੁਐਸਚਨ ਸਿਨਾ ਫਿਗਰਾ ਤੋਂ, ਇਹ ਬੇਸਿਕਲੀ ਹੁੰਦਾ ਕਿੱਥੇ ਪਏ ਸਾਈਨ ਬੋਰਡ, ਪਹਿਲੇ ਇਹ ਦੇਖਣਾ, ਇਹ ਸਾਈਨ ਬੋਰਡ ਜਿੱਥੇ ਜ਼ੇਬਰਾ ਕ੍ਰੋਸਿੰਗ ਹੁੰਦੇ ਆ ਉਹਦੇ ਉੱਤੇ ਲੱਗੇ ਹੁੰਦੇ ਸੱਜੇ ਹੱਥ, ਠੀਕ ਹੈ? ਇਹ ਜਿੱਥੇ ਸਾਈਨ ਬੋਰਡ ਹੋਵੇਗਾ ਨਾ, ਜੇ ਜ਼ੇਬਰਾ ਕ੍ਰੋਸਿੰਗ ਜ਼ਮੀਨ 'ਤੇ ਹੁੰਦੀ ਹੈ, ਜੇ ਤੁਸੀਂ ਦੇਖਣਾ ਜ਼ਮੀਨ 'ਤੇ ਕਿਹੜੇ ਹੁੰਦੀ ਹੈ, ਇਸ ਨੂੰ ਦਬਾ ਕੇ ਤੁਸੀਂ 517 ਨੂੰ ਕਲਿੱਕ ਕਰੋ, ਇਹ ਜ਼ੇਬਰਾ ਕ੍ਰੋਸਿੰਗ ਜਿੱਥੇ ਜ਼ਮੀਨ 'ਤੇ ਪੇਂਟ ਹੋਈ ਹੁੰਦੀ ਹੈ ਨਾ ਇਹਦੇ ਉੱਤੇ ਲੱਗਿਆ ਹੁੰਦਾ ਹੈ ਜਿਹੜਾ ਅਸੀਂ ਪੜ੍ਹਦੇ ਹਾਂ ਪਏ, ਠੀਕ ਹੈ? ਅਤੇ ਇਹਦੇ ਤੋਂ 150 ਮੀਟਰ ਦੂਰ ਸ਼ਾਇਦ ਦੁਬਾਰ ਹੋਵੇ, ਅਤੇ ਸਿਨਿਆਲ ਦੀ ਪੈਰੀ ਕੋਲੋਂ ਲੱਗਿਆ ਹੁੰਦਾ 15 ਨੰਬਰ ਪੈ ਐਤਵਾਰ ਸਮੇਂ ਤੋਂ ਬਦਨਾ ਲੈ ਵਾਲਾ, ਠੀਕ ਹੈ ਜੀ? ਕਿਸੇ ਨੇ ਕੋਈ ਪੁੱਛਿਆ? ਨਹੀਂ 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 ਸ਼ਹਿਰ ਦੇ ਵਿੱਚ ਵੀ ਮਿਲੇਗਾ, ਸ਼ਹਿਰ ਤੋਂ ਬਾਹਰ ਵੀ ਮਿਲੇਗਾ, ਇਹ ਸ਼ਹਿਰ ਦੇ ਵਿੱਚ ਵੀ ਮਿਲ ਸਕਦਾ, ਸ਼ਹਿਰ ਤੋਂ ਵਿੱਚ ਬਾਹਰ ਵੀ, ਜਿਹੜਾ ਐਚ ਨੂੰ ਦਬਾਓ 517 ਦੇ ਉੱਤੇ ਲੱਗਿਆ ਹੁੰਦਾ, ਯਾਨੀ ਜ਼ੇਬਰਾ ਕ੍ਰੋਸਿੰਗ ਜਿੱਥੇ ਜ਼ਮੀਨ 'ਤੇ ਪੇਂਟ ਹੋਈ ਹੁੰਦੀ ਹੈ ਨਾ ਉਹਦੇ ਉੱਤੇ ਇਹ ਬੋਰਡ ਲੱਗਿਆ ਹੁੰਦਾ, ਠੀਕ ਹੈ? ਵੀ ਵਾਅਦਾ ਕਰਨ ਲਈ ਕਿ ਇੱਥੇ ਜ਼ੇਬਰਾ ਕ੍ਰੋਸਿੰਗ, ਧਿਆਨ ਨਾਲ ਜਾਓ ਇੱਥੋਂ, ਠੀਕ ਹੈ? ਸਮਾਫਰੋ ਨਹੀਂ ਹੈਗੇ ਤਾਂ ਹੀ ਇਹ ਲੱਗੇ ਹੈ ਨਾ, ਠੀਕ ਹੈ? ਜੇ ਸਮਾਫਰੋ ਹੋਣਗੇ ਫਿਰ ਇਸਦੀ ਲੱਗਣ ਦੀ ਲੋੜ ਵੀ ਨਹੀਂ ਹੈ, ਠੀਕ ਹੈ? ਕਿਉਂਕਿ ਉਹ ਕਹਿੰਦੇ ਨੋ ਰੈਗੂਲਰ, ਤਾਂ ਰੈਗੂਲਰ ਨਹੀਂ ਹੈ ਵੀ, ਇੱਕ ਰੈੱਡ ਵੀ ਹੁੰਦਾ ਹੈ ਜਿਹੜਾ ਸ਼ਹਿਰ ਤੋਂ ਬਾਹਰ ਹੁੰਦਾ ਨਾ, ਜਿਹੜਾ ਤੁਸੀਂ 15 ਨੰਬਰ ਉਹਦੇ ਵਿੱਚ ਦੇਖ ਸਕਦੇ ਹੋ ਐਚ ਨੂੰ ਦਬਾ ਕੇ, ਅਤੇ ਉਹ ਹੁੰਦਾ ਖਤਰਾ ਨਿਸ਼ਾਨ ਵੀ 150 ਮੀਟਰ ਅੱਗੇ ਇੱਕ ਜ਼ੇਬਰਾ ਕ੍ਰੋਸਿੰਗ ਆ ਰਹੀ ਹੈ, ਸਪੀਡ ਰਾਸਤਾ ਕਰ ਲਓ, ਠੀਕ ਹੈ? ਕਹਿੰਦੇ ਨੇ ਬੇ ਨਹੀਂ 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 ਇਹ ਰੈੱਡ ਜਿਹੜਾ ਸਿਰਫ ਸ਼ਹਿਰ ਤੋਂ ਬਾਹਰ ਮਿਲੇਗਾ ਜਿੱਥੇ ਗੱਡੀਆਂ ਤੇਜ਼ ਹੁੰਦੀਆਂ ਨੇ, ਉਹ ਨੋਟਿਸ ਦਿੰਦੇ 150 ਮੀਟਰ ਅੱਗੇ ਜ਼ੇਬਰਾ ਕ੍ਰੋਸਿੰਗ ਆ ਰਹੀ ਹੈ, ਜਿਹੜਾ ਬਲੂ ਹੈ ਉਹ ਸ਼ਹਿਰ ਦੇ ਵਿੱਚ ਔਰ ਸ਼ਹਿਰ ਤੋਂ ਬਾਹਰ ਕਿਤੇ ਵੀ ਮਿਲ ਸਕਦਾ, ਠੀਕ ਹੈ? ਜ਼ੇਬਰਾ ਕ੍ਰੋਸਿੰਗ ਦੇ ਉੱਤੇ ਲੱਗਿਆ ਹੁੰਦਾ, ਠੀਕ ਹੈ? ਉੱਥੇ ਬਲੂ ਹੀ ਹੋਣਾ, ਹਾਂਜੀ 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 ਬਿਲਕੁਲ। ਕਹਿੰਦੇ ਨੇ ਦੋ ਨੰਬਰ ਕੁਐਸਚਨ ਸਿਨਾ ਫਿਗਰਾ ਤੋਂ ਸਿਨੇ ਜਦ ਸਮੇਂ ਪੂਰੀ ਦੇ ਚੰਦਰੇ ਵਿਦਾ ਸ਼ਹਿਰ ਤੋਂ ਬਾਹਰ ਸਿਤਰੋਵਾ ਮਿਲੇਗਾ 2.5 ਸਿਨਿਆਲ ਦੀ ਪੈਰੀ ਕਿਲੋ, ਸਿਨਿਆਲ ਦੀ ਪੈਰੀ ਕਿਲੋ ਤੋਂ ਬਾਅਦ ਮਿਲੇਗਾ ਜਿਹੜਾ ਅਤਰਵਟ ਸਮੇਂ ਤੇ ਬਦਨਾ ਲਏ ਜਿਹੜੀ ਜ਼ੇਬਰਾ ਕ੍ਰੋਸਿੰਗ ਉਹਦੇ ਤੋਂ ਬਾਅਦ ਮਿਲੇਗਾ, ਦਰੁਸਤ ਕਹਿਣ ਪਏ ਵੇਰ ਹੋਇਆ ਜਿਹੜੀ ਜ਼ੇਬਰਾ ਕ੍ਰੋਸਿੰਗ ਉਹਦੇ ਤੋਂ ਬਾਅਦ ਮਿਲੇਗਾ, ਠੀਕ ਹੈ? 3 ਨੰਬਰ ਕੁਐਸਚਨ ਸਿਨਿਆਲ ਫਿਗਰਾ ਤੋਂ ਸਿਤਰੋਵਾ ਸਿਗਨੇ ਜਦ ਸਮੇਂ ਮਿਲੇਗਾ ਦ੍ਰਿਤਾਮੈਂਤੇ ਇਨ ਕਰਸਪੰਦੈਂਸ ਅਦਲਾ ਸ੍ਰੀਚੇ, ਜਿਹੜੇ ਡਾਇਰੈਕਟਲੀ ਜਿੱਥੇ ਮੌਜੂਦ ਨੇ ਸ੍ਰੀਚੇ ਲੈਣਾ ਦਲ ਅਤਰਵਟ ਸਮੇਂ ਤੇ ਬਦਨਾ ਲਏ ਜ਼ੇਬਰਾ ਕ੍ਰੋਸਿੰਗ ਦੀਆਂ, ਵੇਰ ਹੋਇਆ ਜਿੱਥੇ ਜ਼ੇਬਰਾ ਕ੍ਰੋਸਿੰਗ ਦੀਆਂ ਲੈਣਾ ਨਾ ਉੱਥੇ ਮਿਲੇਗਾ ਡਾਇਰੈਕਟ, ਠੀਕ ਹੈ? ਦਰੁਸਤ ਕਹਿੰਦੇ ਪਏ ਅਤੇ ਕੋਰਸਪੰਡੈਂਟ ਮੌਜੂਦ ਹੈ ਜਿੱਥੇ। 4 ਨੰਬਰ ਕੁਐਸਚਨ ਸਿਨੇ ਫਿਗਰਾ ਤੋਂ ਸਿਗਨੇ ਜੇ ਦੱਸਦੇ ਨੇ ਬੇ ਓਬਲੀਗੋ ਹੀ ਕੰਦੂ ਚਾਹੁੰਦੇ ਡਰਾਈਵਰ ਲਈ, ਗੱਡੀ ਦੇ ਡਰਾਈਵਰ ਲਈ ਓਬਲੀਗੋ ਹੈ, ਠੀਕ ਹੈ? ਆ ਫਿਰ ਮਾਰਸੀ ਰੁਕ ਜਾਏ ਕੰਧ ਪੈਦਾ ਹੋਣੀ ਤਰਾਂਜੀਤਾਨ ਹੋ ਸੁਲੇ ਅਤਰਵਰ ਸਮੇਂ ਤੋਂ ਪੈਦਾ ਲਏ, ਜਿਸ ਟਾਈਮ ਪੈਦਾ ਹੋਣੀ ਚਲਦੀ ਹੈ ਜ਼ੇਬਰਾ ਕ੍ਰੋਸਿੰਗ ਦੇ ਉੱਤੇ, ਦਰੁਸਤ ਕਹਿੰਦੇ ਨੇ ਬੇ ਜਿਸ ਟਾਈਮ ਜ਼ੇਬਰਾ ਕ੍ਰੋਸਿੰਗ ਦੇ ਉੱਤੇ ਪੈਦਾ ਹੋਣੀ ਚਲਦੀ ਹੈ ਤੇ ਲਾਜ਼ਮੀ ਇੱਥੇ ਰੁਕ ਜਾਓ ਤੁਸੀਂ, ਠੀਕ ਹੈ? ਗੱਡੀ ਵਾਲੇ ਕਿਉਂਕਿ ਪੈਦੋਨੀ ਨੂੰ ਪਹਿਲ ਹੁੰਦੀ ਹੈ ਇੱਥੇ, ਠੀਕ ਹੈ? 5 ਨੰਬਰ ਕੁਐਸਚਨ ਸੀ ਨਾ ਫਿਗਰਾ ਤੋਂ ਇੰਡੀਕਾ ਉਹਨਾਂ ਸੁੱਤ ਪਸਾਜੀਓ, ਸੁੱਤ ਪਸਾਜੀਓ ਨੇ ਸੜਕ ਦੇ ਥੱਲੇ ਉੱਤੇ ਇੱਕ ਰੋਡ ਲੰਘੀ ਹੋਵੇ ਉਹਨੂੰ ਕਹਿੰਦੇ ਸੁੱਤ ਪਸਾਜੀਓ, ਗਲਤ ਕਹਿੰਦੇ ਪਏ ਇੱਕ ਸੜਕ ਦੇ ਥੱਲੇ ਦੀ, ਸੋਰੀ ਪੁਲ ਦੇ ਥੱਲੇ ਦੀ, ਪੁਲ ਦੇ ਥੱਲੇ ਦੀ ਕੋਈ ਰੋਡ ਵਗੈਰਾ ਨਹੀਂ ਦੱਸ ਰਿਹਾ, ਇਸ ਕਰਕੇ ਫਾਲਸ ਹੋਇਆ। 6 ਨੰਬਰ ਸੀ ਨਾ ਫਿਗਰਾ ਤੋਂ ਪੋਸਟ ਤੋਂ ਚਿੰਤਾ ਚੁਕਾਉਂਦਾ ਮੈਤਰੀ ਪ੍ਰੀਮਾ, ਕਹਿੰਦੇ 150 ਮੀਟਰ ਪਹਿਲੇ ਲੱਗਿਆ ਹੋਵੇਗਾ ਪ੍ਰੀਮਾ ਦੇ ਅਤਰਵਰ ਸਮੇਂ ਤੇ ਬਦਨਾ ਲਈ ਜ਼ੇਬਰਾ ਕ੍ਰੋਸਿੰਗ ਤੋਂ 150 ਮੀਟਰ ਪਹਿਲੇ, ਜ਼ੇਬਰਾ ਕ੍ਰੋਸਿੰਗ ਤੋਂ 150 ਮੀਟਰ ਪਹਿਲੇ ਲੱਗਿਆ ਹੋਵੇਗਾ ਇਹ ਵਾਲਾ ਨਹੀਂ। ਸ਼ਾਬਾਸ਼, ਜਿਹੜਾ ਜ਼ੇਬਰਾ ਕ੍ਰੋਸਿੰਗ ਤੋਂ 150 ਮੀਟਰ ਪਹਿਲੇ ਹੁੰਦਾ ਨਾ ਉਹ
ਉਹ ਰੈੱਡ ਵਾਲਾ ਵੇ ਠੀਕ ਹੈ, ਜਿਹੜਾ ਚੂਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ 15 ਨੰਬਰ ਦੇ। ਅੱਗੇ 7 ਨੰਬਰ ਕੁਐਸਚਨ ਹੈ, ਕਹਿੰਦੇ ਸਿਨੇਰ ਸਿਗਰਾ ਤੋਂ ਸਿਗਨਲ ਜਿਹੜਾ ਦੱਸਦੇ ਨੇ ਪਏ ਕਲੂਰੇ ਵੈਰ ਦੇ ਸੇਧੀ ਕਲੂਰੇ ਵੈਰ ਦੇ ਜੇ ਗ੍ਰੀਨ ਕਲਰ ਹੋਵੇ, ਗ੍ਰੀਨ ਕਲਰ ਹੋ ਸਕਦਾ ਇਹਦਾ? ਗ੍ਰੀਨ ਨਹੀਂ ਹੋ ਸਕਦਾ, ਬਿਲਕੁਲ ਫਜ਼ੂਲ ਗੱਲ ਕੀਤੀ ਨੇ, ਬਰਾਵਾ ਸ਼ਾਬਾ, ਗ੍ਰੀਨ ਨਹੀਂ ਹੋ ਸਕਦਾ। ਕਹਿੰਦੇ ਪੋਸਟ ਅਤਸਰਾ ਦਾ ਸਰ ਲੱਗਿਆ ਹੋਵੇਗਾ, ਅਤਸਰਾ ਦੇ ਜ਼ੈਬਰਾ ਕ੍ਰਾਸਿੰਗ ਬੰਦੇ ਦੇ ਚੱਲਣ ਦੀ ਇਜਾਜ਼ਤ ਹੀ ਨਹੀਂ ਹੁੰਦੀ, ਅਲਾਓ ਨਹੀਂ ਹੈ ਬੰਦਾ ਚੱਲਣਾ ਅਤਸਰਾ ਦੇ, ਠੀਕ ਹੈ, ਇਸ ਕਰਕੇ ਫਾਲਸ ਹੋਇਆ। 8 ਨੰਬਰ ਸਿਨੇਰ ਸਿਗਰਾ ਤੋਂ ਪ੍ਰਵੀਜ਼ ਦਾ ਨੋਟਿਸ ਦਿੰਦੇ ਨੇ, ਉਹਨਾਂ ਸਕੋਲ ਦਾ ਐਲੀਮੈਂਟ ਆ ਰਿਹਾ, ਵੀ ਸਕੋਲ ਦਾ ਐਲੀਮੈਂਟ ਹੈ, ਦੇਖੋ ਇਸ ਸਕੋਲ ਦਾ ਐਲੀਮੈਂਟ ਨਹੀਂ ਹੈ, ਵੀ ਸਕੋਲ ਐਲੀਮੈਂਟ ਆ ਰਹੇ ਨਹੀਂ ਹੈ, ਵੀ ਗਲਤ ਕਰਨੇ ਪਏ, ਠੀਕ ਹੈ, ਇਸ ਕਰਕੇ ਫਾਲਸ ਹੋਇਆ। 9 ਨੰਬਰ ਸਿਨੇਰ ਸਿਗਰਾ ਤੋਂ ਕੰਸੈਂਟ ਤੇ ਇਜਾਜ਼ਤ ਦਿੰਦਾ ਹੈ, ਦੀ ਸੁਰਪਾ ਸਾਰੇ ਹੋਣਾ ਵੀ ਕੋਲ ਹੋ ਵੀ ਓਵਰਟੇਕ ਕਰ ਲਓ ਗੱਡੀ ਨੂੰ, ਕੇ ਸੀ ਅਰੈਸਟ ਦਾ ਪਰਦਾਰ ਪ੍ਰਚਿਦਨ ਆਈ ਪੇ ਦੋ ਨਹੀਂ, ਜਿਹੜੀ ਕਿ ਰੁਕ ਗਈ ਹੈ ਪਹਿਲ ਦੇਣ ਲਈ ਪੇ ਦੋ ਨਹੀਂ। ਫੋਰ ਐਗਜ਼ਾਮਪਲ ਮੈਂ ਗੱਡੀ ਚਲਾਉਂਦਾ ਮੈਂ ਅੱਗੇ ਜ਼ੈਬਰਾ ਕ੍ਰਾਸਿੰਗ ਤੇ ਬੰਦਾ ਪਾਰ ਕਰ ਲੱਗੇ ਰੋਡ, ਮੈਂ ਰੁਕ ਗਿਆ ਵਾਂ, ਕਹਿੰਦੇ ਨੇ ਜਾਜ਼ ਤੇ ਜਿਹੜਾ ਪਿੱਛੋਂ ਆ ਰਿਹਾ ਉਹਨੂੰ ਓਵਰਟੇਕ ਕਰਨ ਦੀ ਮੈਨੂੰ, ਹੁਣ ਮੈਂ ਕਦੇ ਰੁਕਿਆ ਪੈਦਲ ਨੂੰ ਪਹਿਲ ਦੇਣ ਲਈ, ਜੇ ਪਿਛਲਾ ਮੈਨੂੰ ਓਵਰਟੇਕ ਕਰੇਗਾ ਤਾਂ ਉਹਨੇ ਨਹੀਂ ਪੈਦਲ ਨੂੰ ਪਹਿਲ ਦੇਣੀ, ਇਸ ਕਰਕੇ ਗਲਤ ਕਹਿੰਦੇ ਪਏ ਫਾਲਸ ਹੋਇਆ। ਇਦਾਂ ਦੀ ਜਗ੍ਹਾ ਤੇ ਕਦੇ ਵੀ ਓਵਰਟੇਕ ਨਹੀਂ ਹੋ ਸਕਦਾ ਵੀ, ਠੀਕ ਹੈ, ਇਸ ਕਰਕੇ ਫਾਲਸ ਹੋਇਆ। ਆਤਰ ਵਰ ਸਮੇਂ ਤੇ ਚਕਲਾ ਬੀਲ ਹੈ ਜਿਹੜਾ ਹੈ ਏ ਸੀ ਪੜਾਂਗੇ, ਕੱਲ੍ਹ ਛੁੱਟੀ ਹੈ ਪਰਸੋਂ, ਠੀਕ ਹੈ, ਤੇ ਆ ਜਾਓ ਸਾਰੇ ਚੈਪਟਰ ਅਗਲੀ ਕਲਾਸ ਦੇ ਵਿੱਚ।